ਰਾਜਨਾ ਅਸੀਂ ਤੇਰੇ ਕਾਨੂੰ ਆਵਣਾ 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 ਰਾਜਨਾ ਪੈ ਗਈ ਸੀ ਅਸੀਂ ਕੀ ਕਰਦੇ ਉਹ ਤੇਰੇ ਕਿਹੜਾ ਆਵੇ ਰਾਜਨਾ ਮਿੱਠਾ ਮਿੱਤਰ ਦੇ ਪ੍ਰੇਮ ਨੇ ਸੀ ਪਾ ਲੀਆਂ ਤੇਰੇ ਕਿਹੜਾ ਆਵੇ ਰਾਜਨਾ ਮਿੱਠਾ ਮਿੱਤਰ ਦੇ ਪ੍ਰੇਮ ਨੇ ਸੀ ਪਾ ਲੀਆਂ ਇਹ ਕਿਹੜਾ ਆਵੇ ਰਾਜਨਾ ਮਿੱਠਾ ਗੱਜ ਕੇ ਪ੍ਰੇਮ ਦੀ ਖੇਚੀ ਉਧਰ ਪੈ ਗਈ ਸੀ। ਮੈਂ ਕੱਲ ਵੀ ਇੱਕ ਅਰਜ਼ ਕਰਕੇ ਗਿਆ ਸਾਂ, ਜੋ ਮਰਜ਼ੀ ਕਰ ਲਈਏ ਪਰ ਜਿੰਨਾ ਚਿਰ ਅੰਦਰ ਭਾਓ ਨਹੀਂ ਨਾ ਪੈਦਾ ਹੁੰਦਾ ਉਹਨਾਂ ਚਿਰ ਗੱਲ ਨਹੀਂ ਬਣਦੀ। ਜਾਂ ਤੇ ਭਾਓ ਹੋਵੇ ਜਾਂ ਭੈ ਹੋਵੇ, ਡਰ ਕਰਕੇ ਰੱਬ ਰੱਬ ਕਰੀਦਾ ਜਾਂ ਫਿਰ ਪ੍ਰੇਮ ਭੈ ਕਰਕੇ ਵੀ ਜਪਣਾ ਸ਼ੁਰੂ ਕਰ ਦਈਏ ਹੌਲੀ ਹੌਲੀ, ਫਿਰ ਭਾਓ ਪ੍ਰੇਮ ਆਪਣੇ ਆਪ ਪੈਦਾ ਹੋ ਜਾਂਦਾ। ਸੰਗਤ ਜੀ, ਪ੍ਰੇਮ ਦਾ ਭੁੱਖਾ ਹੈ ਗੋਬਿੰਦ, ਭਾਓ ਭਗਤ ਦਾ ਭੁੱਖਾ। ਸਿੱਖ ਇਤਿਹਾਸ ਪੜ੍ਹ ਕੇ ਵੇਖੋ, ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਹਾਂਗੀਰ ਬਾਦਸ਼ਾਹ ਦੇ ਨਾਲ ਆਗਰੇ ਦੇ ਇਲਾਕੇ ਵਿੱਚ ਦਿੱਲੀ ਤੋਂ ਸ਼ਿਕਾਰ ਖੇਡਣ ਵਾਸਤੇ ਗਏ। ਕਾਫੀ ਨੇੜਤਾ ਬਣ ਗਈ, ਬਾਦਸ਼ਾਹ ਕਾਫੀ ਗੁਰੂ ਸਾਹਿਬ ਨਾਲ ਪ੍ਰੇਮ ਕਰਨ ਲੱਗ ਪਿਆ। ਭਾਵੇਂ ਅੰਦਰੋਂ ਖਾਰ ਖਾਂਦਾ ਸੀ, ਉੱਤੋਂ ਉੱਤੋਂ ਦਿਖਾਵਾ ਹੀ ਕਰਦਾ ਸੀ। ਗੁਰੂ ਸਾਹਿਬ ਨੇ ਸ਼ਿਕਾਰ ਦਾ ਸ਼ੇਰ ਦਾ ਸ਼ਿਕਾਰ ਵੀ ਕੀਤਾ, ਕਾਫੀ ਪ੍ਰਭਾਵਿਤ ਹੋਇਆ।
ਦੋ ਤੰਬੂ ਲੱਗੇ ਇੱਕ ਵਿੱਚ ਸਤਿਗੁਰੂ ਸਾਹਿਬ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨਾਲ ਮਹਾਰਾਜ ਦੇ ਸੇਵਾਦਾਰ ਨੇ ਦੂਸਰੇ ਤੰਬੂ ਦੇ ਵਿੱਚ ਬਾਦਸ਼ਾਹ ਹੈ ਉਹਦੇ ਅਹਿਲਕਾਰ ਉਹਦੇ ਮੰਤਰੀ ਵਜ਼ੀਰ ਸਾਰੇ ਉਹ ਵੀ ਨਾਲ ਨੇ ਬੜੀ ਸੈਨਾ ਹੈ ਨਾਲ ਉੱਥੇ ਕਹਿੰਦੇ ਨੇ ਨੇੜੇ ਇੱਕ ਘਾਹੀ ਗਰੀਬ ਸਿੱਖ ਸੀ ਬੜੀ ਸ਼ਰਧਾ ਭਾਵਨਾ ਵਾਲਾ ਸੀ ਉਹਨੇ ਗੁਰੂ ਸਾਹਿਬ ਜੀ ਦੀ ਸੋਭਾ ਸੁਣ ਕੇ ਹੀ ਦਰਸ਼ਨ ਨਹੀਂ ਸੀ ਕੀਤੇ ਪਰ ਪ੍ਰੇਮ ਬਣ ਗਿਆ ਸੀ ਬਣ ਜਾਂਦਾ ਜਿਹੜਾ ਸਾਧ ਸੰਗਤ ਵਿੱਚ ਆਉਣਾ ਹੈ ਨਾ ਹੁਣ ਵੇਖੋ ਪਿਆਰਿਓ ਕਈਆਂ ਨੇ ਅਮਰੀਕਾ ਨਹੀਂ ਵੇਖਿਆ ਪਰ ਅਮਰੀਕਾ ਬਾਰੇ ਸੁਣਿਆ ਹੈ ਅਮਰੀਕਾ ਨੂੰ ਵੇਖਣ ਦੀ ਚਾਹ ਪੈਦਾ ਹੋ ਜਾਂਦੀ ਕਈਆਂ ਨੂੰ ਸੁਣ ਕੇ ਵੀ ਉੱਥੇ ਇੱਦਾਂ ਹੈ ਜੀ ਉੱਥੇ ਆ ਹੈ ਤੇ ਕਈ ਸੋਚਦੇ ਆ ਵੀ ਮਰਨ ਤੋਂ ਪਹਿਲਾਂ ਇੱਕ ਵਾਰੀ ਗੇੜਾ ਤੇ ਲਾ ਆਈ ਵੇਖੀਏ ਤੇ ਸਹੀ ਹੈ ਕੀ ਕੁਛ ਇੰਗਲੈਂਡ ਬਾਰੇ ਸੁਣਿਆ ਉੱਥੇ ਕੀ ਕੁਝ ਆ ਕਈ ਲੋਕਾਂ ਦੇ ਅੰਦਰ ਏਦਾਂ ਬਣ ਜਾਂਦੀ ਇੱਛਾ ਜਿਹੜਾ ਸਾਧ ਸੰਗਤ ਵਿੱਚ ਆਉਣਾ ਹੈ ਨਾ ਗੁਰਮੁਖੋ ਰੱਬ ਦੇ ਘਰ ਦੀਆਂ ਗੱਲਾਂ ਸੁਣਦਿਆਂ ਸੁਣਦਿਆਂ ਰੱਬ ਦੇ ਪਿਆਰ ਵਾਰਿਆਂ ਵਾਲਿਆਂ ਦੀਆਂ ਗੱਲਾਂ ਸੁਣਦਿਆਂ ਸੁਣਦਿਆਂ ਨਾ ਉਹਨੂੰ ਵੇਖਣ ਦੀ ਇੱਛਾ ਬਣ ਜਾਂਦੀ ਹੈ ਆਪੇ ਹੀ ਚਾਅ ਪੈਦਾ ਹੋ ਜਾਂਦਾ ਸੰਗਤ ਕਰਨ ਨਾਲ ਇਸੇ ਕਰਕੇ ਸੰਗਤ ਕਰਨੀ ਜ਼ਰੂਰੀ ਹੈ ਸੰਗਤ ਕਰਦਿਆਂ 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 ਹੌਲੀ ਹੌਲੀ ਰੰਗਤ ਚੜ ਜਾਂਦੀ ਹੈ ਕਿਸੇ ਬੰਦੇ ਬਾਰੇ ਤੁਸੀਂ ਸੁਣਦੇ ਰਹੋ ਵੀ ਉਹ ਬੰਦੇ ਚਾਹ ਗੁਣ ਨੇ ਉਹ ਏਦਾਂ ਹੈ ਜੀ ਉਹ ਏਦਾਂ ਹੈ ਜੀ ਉਹ ਏਦਾਂ ਜੀ ਤੁਹਾਡੀ ਇੱਛਾ ਬਣ ਜਾਏਗੀ ਵੀ ਕਦੇ ਮਿਲੀਏ ਵੀ ਕਦੇ ਵੇਖੀਏ ਵੀ ਉਹ ਸੱਚਮੁੱਚ ਹੈ ਵੀ ਏਦਾਂ ਦਾ ਕਿਹੋ ਜਿਹਾ ਇਸੇ ਤਰ੍ਹਾਂ ਜਦੋਂ ਰੱਬ ਦੇ ਘਰ ਦੀਆਂ ਗੱਲਾਂ ਸੁਣਨੇ ਆ ਨਾ ਆਪਾਂ ਸੰਗਤ ਵਿੱਚ ਆ ਕੇ ਫਿਰ ਇੱਛਾ ਬਣਦੀ ਹੈ ਅੰਦਰ ਬਈ ਵੇਖੀਏ ਤੇ ਸਹੀ ਇਹਨੇ ਸੁਣਿਆ ਹੀ ਸੀ ਵੀ ਛੇਵੇਂ ਪਾਤਸ਼ਾਹ ਬੜੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਈਦਾ ਹੈ ਬੜੀਆਂ ਸੰਗਤਾਂ ਉਹਨਾਂ ਨੂੰ ਪਿਆਰ ਕਰਦੀਆਂ ਨੇ ਪਿਆਰ ਵਾਲੇ ਜਾਨਾਂ ਵਾਰਨ ਨੂੰ ਤਿਆਰ ਹੋ ਜਾਂਦੇ ਨੇ ਉਹਨਾਂ ਦੇ ਇੱਕ ਇਸ਼ਾਰੇ ਤੇ ਸੋਚਦਾ ਸੀ ਕਦੇ ਮੈਨੂੰ ਵੀ ਦਰਸ਼ਨ ਹੋਣਗੇ ਮੇਰੇ ਵੀ ਭਾਗ ਜਾਗਣਗੇ ਕਦੀ ਕੁਦਰਤੀ ਸੱਚੇ ਪਾਤਸ਼ਾਹ ਆ ਗਏ ਜਿਹੜੇ ਉੱਥੇ ਨੇੜੇ ਜੰਗਲ ਸੀ ਤੇ ਜੰਗਲ ਦੇ ਵਿੱਚ ਤੰਬੂ ਲੱਗੇ ਨੇ ਇਹਨੂੰ ਕਿਸੇ ਨੇ ਦੱਸਿਆ ਕਿ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਆਏ ਨੇ ਛੇਵੇਂ ਪਾਤਸ਼ਾਹ ਆਏ ਹੋਏ ਨੇ ਮਹਾਰਾਜ ਸਾਹਿਬ ਕਲਗੀ ਲਾਉਂਦੇ ਸਨ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਵੀ ਕਲਗੀ ਸਜਾਉਂਦੇ ਸੀ ਸੀਸ ਤੇ ਮਹਾਰਾਜ ਸਾਹਿਬ ਨੇ ਸ਼ੁਰੂ ਕੀਤਾ ਪਹਿਲੇ ਸਮਿਆਂ ਵਿੱਚ ਕੱਲੀ ਭਗਤੀ ਸੀ ਛੇਵੇਂ ਪਾਤਸ਼ਾਹ ਨੇ ਗੁਰੂ ਘਰ 'ਚ ਭਗਤੀ ਦੇ ਨਾਲ ਨਾਲ ਸ਼ਕਤੀ ਨੂੰ ਵੀ ਲਿਆਂਦਾ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪੈਂਦੀਆਂ ਮੀਰੀ ਤੇ ਪੀਰੀ ਪੀਰੀ ਦਾ ਭਾਵ ਹੈ ਗੁਰੂ ਤੇ ਮੀਰੀ ਦਾ ਭਾਵ ਹੈ ਰਾਜਾ ਰਾਜਾ ਤੇ ਗੁਰੂ ਇਕੱਠੇ ਕਰ ਦਿੱਤੇ ਰਾਜਨੀਤੀ ਤੇ ਧਰਮ ਸਾਡੇ ਗੁਰੂ ਸਾਹਿਬ ਨੇ ਇਕੱਠੇ ਕੀਤੇ ਨੇ ਅੱਜ ਕੱਲ੍ਹ ਵਾਲੇ ਨਾ ਕਈ ਰਾਜਨੀਤਿਕ ਬੰਦੇ ਕਹਿਣਗੇ ਜੀ ਰਾਜਨੀਤੀ ਵੀ ਤੇ ਧਰਮ ਦਾ ਅੰਗ ਹੈ ਰਾਜਨੀਤੀ ਵੀ ਜ਼ਰੂਰੀ ਹੈ ਕਿ ਸਾਡੇ ਪਿੱਛੇ ਜੇ ਐਮ ਪੀ ਦੀ ਇਲੈਕਸ਼ਨ ਹੋਈ ਮੈਂ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਾ ਮੈਨੂੰ ਕਹਿੰਦੇ ਜੀ ਤੁਸੀਂ ਇਲੈਕਸ਼ਨ ਲੜੋ ਪਟਿਆਲੇ ਇਲਾਕੇ 'ਚ ਔਫਰ ਦਿੱਤੀ ਕਹਿੰਦੇ ਜੀ ਤੁਸੀਂ ਵੀ ਵੋਟਾਂ 'ਚ ਖੜ ਜਾਓ ਸਿੱਖ ਤੁਹਾਡੇ ਮਗਰ ਬੜੇ ਆ ਤੁਹਾਨੂੰ ਵੋਟ ਪਾ ਦੇਣਗੇ ਮੈਂ ਕਿਹਾ ਮੈਂ ਸਾਨੂੰ ਇਹੋ ਜਿਹੀ ਲੋੜ ਨਹੀਂ ਉੱਦਾਂ ਹੀ ਸੰਗਤ ਬਥੇਰਾ ਪਿਆਰ ਕਰਦੀ ਤੁਸੀਂ ਸਾਨੂੰ ਇਸ ਦਲਦਲ 'ਚ ਕਿਉਂ ਵਾੜਦੇ ਹੋ ਉਹ ਆਖਣ ਲੱਗੇ ਜੀ ਰਾਜਨੀਤੀ ਵੀ ਤੇ ਹੈ ਧਰਮ ਦਾ ਅੰਗ ਮੈਂ ਕਿਹਾ ਰਾਜਨੀਤੀ ਧਰਮ ਦਾ ਅੰਗ ਜ਼ਰੂਰ ਹੈ ਪਰ ਇਹੋ ਜਿਹੀ ਰਾਜਨੀਤੀ ਨਹੀਂ ਜਿਹੋ ਜਿਹੀ ਹੁਣ ਹੈ ਇੱਦਾਂ ਦੀ ਰਾਜਨੀਤੀ ਧਰਮ ਦਾ ਕੋਈ ਅੰਗ ਨਹੀਂ ਰਾਜਨੀਤੀ ਤੇ ਧਰਮ ਇਕੱਠੇ ਜ਼ਰੂਰ ਨੇ ਪਰ ਜੇ ਰਾਜਨੀਤੀ ਵਾਲੇ ਬੰਦਿਆਂ ਦੇ ਧਰਮ ਸਿਰ ਦਾ ਤਾਜ ਹੋਵੇ ਤਾਂ ਅੱਜ ਕੱਲ੍ਹ ਰਾਜਨੀਤਿਕ ਬੰਦੇ ਧਰਮ ਪੈਰ ਦੀ ਜੁੱਤੀ ਬਣਾਈ ਫਿਰਦੇ ਨੇ ਫਿਰ ਕਾਹਦੀ ਰਾਜਨੀਤੀ ਰਹਿ ਗਈ ਰਾਜਨੀਤੀ ਤੇ ਧਰਮ ਇਕੱਠੇ ਇਕੱਠੇ ਕਰ ਹਨ ਜ਼ਰੂਰ ਪਰ ਅੱਜ ਕੱਲ੍ਹ ਵਾਲਾ ਹਿਸਾਬ ਕਿਤਾਬ ਨਹੀਂ ਮੈਂ ਤੇ ਹੈਰਾਨ ਹੁੰਦਾ ਮੈਂ ਥੋੜ੍ਹੇ ਦਿਨ ਪਹਿਲਾਂ ਵਿਸਾਖੀ ਤੇ ਦਮਦਮਾ ਸਾਹਿਬ ਗਏ ਸਾਂ ਉੱਥੇ ਛੋਟੇ ਛੋਟੇ ਪੰਡਾਲ ਲੱਗੇ ਨੇ ਲੰਗਰਾਂ ਦੇ ਕਿਤੇ ਧਰਮ ਦੀ ਪ੍ਰਚਾਰ ਦੀ ਗੱਲ ਨਹੀਂ ਵੱਡੀਆਂ ਵੱਡੀਆਂ ਉਹਨਾਂ ਨੇ ਸਾਧ ਸੰਗਤ ਸਟੇਜਾਂ ਲਾਈਆਂ ਨੇ ਆ ਜੀ ਕਾਂਗਰਸ ਦੀ ਸਰਕਾਰ ਆ ਕਾਂਗਰਸ ਦੀ ਸਟੇਜ ਲੱਗੀ ਹੈ ਜੀ ਆ ਅਕਾਲੀਆਂ ਦੀ ਸਟੇਜ ਲੱਗੀ ਹੈ ਜੀ ਆ ਕਾਮਰੇਡਾਂ ਦੀ ਸਟੇਜ ਲੱਗੀ ਹੈ ਜੀ ਆ ਫਲਾਣਿਆਂ ਦੀ ਸਟੇਜ ਲੱਗੀ ਹੈ ਜੀ ਸਟੇਜਾਂ ਲੱਗੀਆਂ ਨੇ
मैं हैरान हुन्ना भी जे होला महला हुंदा है उत्थे इन्हां ने अपना रौला राग अपना शुरू कर देना, जे दमदमा साहब की विसाखी हुंदी है उत्थे ये अपना कब्जा करके बह जांदे ने, जिथे जे जे मुक्तसर साहब की मुक्तसर साहब की गल करो उत्थे जाके अपना राग लपना शुरू कर देंदे ने, सानू वोटां पाओ दूजा उन्हों गालां कढ़दा दूजा उन्हों गालां कढ़दा है। मैं कहिंदा कलगियां वाला सच्चे पातशाह साडे सतगुरु कदे आनंदपुर के विहड़े विच हुण वी आउंदे होणगे, कहिंदे होणगे आ जिहड़े लड़ रहे ने वड्डे वड्डे स्पीकर लगे ने जुंटां एक दूजे वल करके बन्नदे ने, ये लड़ रहे ने कौण ने, यह है कौन ने, यह पुत्र ने गुरु गोबिंद सिंह, यह खालसा है, असी उहदे घर विच जाके लड़के विखाने भी असी लड़ रहे हैं, सिख है तो वह भी सिख ने, उधर भी पगां वाले उधर भी पगां वाले उधर भी दस्तारा वाले उधर भी दस्तारा वाले उधर भी सिख उधर भी सिख, पर असी अपने बापू के वेहड़े च लड़के विखाने भी असी साडे च किन्ना एक है, लड़ना है तो बाहर लड़ लो घट तो घट साडे सतगुरु के घर च जाके तो ना लड़ो, वो थान लड़न वाली थोड़ा कलगी तर पिता की वेंदे होणगे वेहड़े च आके सतगुरु के वेहड़े च जाके उत्थे तुसीं वेखो जरा की कुछ हुंदा है। इदां दी राजनीति गुरु साहब ने नहीं सी बनाई, छेवें पातशाह ने राजनीति धर्म का अंग बनाई है, बड़ा गुरु साहब का जो तख्त लगा सी ना पहली वारी प्रकरण ते प्रेम दा चलदा पर मैं विच बेनती कर रहा, बड़ा थप दा तख्त अकाल दा, थप दा तख्त अकाल दा, बड़ा थप दा तख्त अकाल दा, थप दा तख्त अकाल दा, थप दा तख्त अकाल दा, बड़ा थप दा तख्त अकाल दा, दीदी स्वर्ग तख्त अकाल दा जिदी स्वर्गा वर्गी शान उत्ते कलगी ला के बैठ दे मेरे छेवें शाह सुल्तान। सतगुरु छेवें पातशाह ने मीरी ते पीरी इकट्ठियां कीतियां, पर ध्यान देना अकाल तख्त साहब ते जाओ निशान साहब दो ने, पर पीरी वाला निशान साहब उच्चा है ते मीरी वाला निशान साहब नीवा है, पीरी वाला सज्जे हथ है मीरी वाला खब्बे हाथ है, इहदा अर्थ यह है भी पीरी उच्ची है मीरी छोटी है, धर्म उच्चा है राजनीति नीवी है, बराबर नहीं आखो सतनाम, बराबरता ही नहीं है, धर्म उच्चा है राजनीति है जरूर है नाल राजनीति अंग बनाया है। 52 बचन ने गुरु गोबिंद सिंह दे, मैं कैसट च रिकॉर्ड कराने ने जदों गुरु गोबिंद सिंह सचखंड गए ने 52 हुक्म करके गए ने, उन्हां विचों एक बचन यह भी है कि राजनीति सिख ने पढ़नी है, यह बचन है महाराज दा जिथे कहा ना महाराज ने भी तंबाकू नहीं खाना ना पूरा सदना है, उत्थे कल्ले कल्ला बचन है महाराज दा 52 बचन ने, उन्हां च एक बचन यह भी है भी सिख ने राजनीति पढ़नी है, इहदा भाव यह है भी एवं डौर भौर जिहा होया ना तुरिया फिरी जिहड़ा मर्जी उंगल लाए तेनू जिधर मर्जी ले जाए,
ਜਿਹੜਾ ਮਰਜ਼ੀ ਬਾਂਹ ਤੋਂ ਫੜੇ ਜਿੱਧਰ ਮਰਜ਼ੀ ਲੈ ਜਾਏ, ਇਦਾਂ ਦਾ ਨਾ ਬਣੀ। ਰਾਜਨੀਤੀ ਵੀ ਪੜ੍ਹੀ, ਤੈਨੂੰ ਗਿਆਨ ਵੀ ਹੋਣਾ ਚਾਹੀਦਾ, ਨੌਲੇਜ ਵੀ ਹੋਣੀ ਚਾਹੀਦੀ ਹੈ। ਹਰ ਤਰ੍ਹਾਂ ਦਾ ਗਿਆਨ ਸਿੱਖ ਨੂੰ ਚਾਹੀਦਾ ਹੈ। ਇਹ ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਇਆ ਹੈ, ਇਕੱਲਾ ਮਾਲਾ ਫੇਰਨ ਵਾਲੇ ਨਹੀਂ ਸਿਖਾਇਆ। ਮਹਾਰਾਜ ਦਾ ਇਹ ਵੀ ਹੁਕਮ ਹੈ ਵੀ ਭਾਈ ਸ਼ਸਤਰ ਵਿੱਦਿਆ ਸਿੱਖੀ, 52 ਬਚਨਾਂ 'ਚ ਇਹ ਵੀ ਬਚਨ ਹੈ, ਘੋੜ ਸਵਾਰੀ ਵੀ ਸਿੱਖੀ, ਇਹ ਵੀ ਬਚਨ ਹੈ ਵੀ ਤੂੰ ਹਰ ਪਾਸਿਓਂ ਸਿੱਖ ਪੂਰਾ ਹੋਣਾ ਚਾਹੀਦਾ, ਕੋਈ ਘਾਟ ਨਹੀਂ ਛੱਡੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ। ਧਿਆਨ ਦੇਣਾ, 6ਵੇਂ ਪਾਤਸ਼ਾਹ ਜੀ ਆਏ ਹੋਏ ਨੇ, ਪਤਾ ਲੱਗ ਗਿਆ, ਕਹਿੰਦਾ ਹੈ ਦਰਸ਼ਨ ਕਰਨੇ ਨੇ, ਪਰ ਸੁਣਿਆ ਹੋਇਆ ਸੀ ਵੀ ਗੁਰੂ ਕੋਲ ਜਾਈਏ, ਵੈਦ ਕੋਲ ਜਾਈਏ, ਰਾਜੇ ਕੋਲ ਜਾਈਏ। ਪਹਿਲੇ ਸਮਿਆਂ 'ਚ ਹੁੰਦਾ ਸੀ ਪੰਡਿਤ ਕੋਲ ਜਾਓ ਅਤੇ ਖਾਲੀ ਹੱਥ ਨਾ ਜਾਓ। ਉਹਦੀ ਮਨ 'ਚ ਆਇਆ ਕਿ ਮੈਂ ਗੁਰੂ ਸਾਹਿਬ ਕੋਲ ਜਾਣਾ ਹੈ, ਘਾਹ ਖੋਤਰ ਕੇ ਗੁਜ਼ਾਰਾ ਕਰਨਾ। 1 ਟਕਾ ਰੋਜ਼ ਮਿਲਦਾ ਸੀ ਉਹਨੂੰ ਘਾਹ ਖੋਤਰਨ ਦਾ, 1 ਟਕਾ, ਅਤੇ 1 ਟਕਾ ਲਿਜਾ ਕੇ ਦੁਕਾਨ 'ਤੇ ਰੱਖਦਾ ਸੀ, ਇੱਕ ਥਾਲੀ ਮਿਲ ਜਾਂਦੀ ਸੀ ਛੱਕ ਕੇ, ਘਾਹ ਵੇਚ ਕੇ 1 ਟਕਾ ਮਿਲਣਾ, 1 ਟਕੇ ਦੀ 1 ਥਾਲੀ ਮਿਲਣੀ, 2-3 ਪ੍ਰਸ਼ਾਦੇ ਥੋੜ੍ਹੀ ਜਿਹੀ ਸਬਜ਼ੀ ਛੱਕ ਕੇ ਪੇਟ ਭਰ ਲੈਣਾ, 24 ਘੰਟਿਆਂ ਬਾਅਦ ਫਿਰ 1 ਟਕਾ ਕਮਾਉਂਦਾ ਸੀ ਛੱਕ ਲੈਣਾ, ਤੇ ਨੀਲੇ ਅਸਮਾਨ ਦੀ ਛੱਤ ਹੇਠ ਰਹਿ ਕੇ ਗੁਜ਼ਾਰਾ ਕਰਦਾ ਸੀ। ਕੋਲ ਕੋਈ ਘਰ ਨਹੀਂ ਸੀ, ਕੋਈ ਮਕਾਨ ਨਹੀਂ ਸੀ, ਘਾਹ ਖੋਤਰਨਾ, ਘਾਹ ਖੋਤ ਕੇ ਪੰਡ ਵੇਚਣੀ, ਤੇ ਬਸ 1 ਥਾਲੀ ਮਿਲਣੀ, 1 ਟਕੇ ਦੀ ਖਾ ਕੇ ਗੁਜ਼ਾਰਾ ਕਰ ਲੈਣਾ। ਏਦਾਂ ਹੀ ਟਾਈਮ ਪਾਸ ਹੁੰਦਾ ਸੀ। ਸੋਚਦਾ ਮਹਾਰਾਜ ਆਏ ਨੇ ਸਵੇਰੇ, ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਮੱਥਾ ਟੇਕਣਾ 1 ਟਕਾ, ਤੇ ਕਿਉਂ ਨਾ ਅੱਜ ਪੰਡ ਵੱਡੀ ਲੈ ਕੇ ਜਾਈਏ ਵੀ 1 ਟਕੇ ਦੀ ਰੋਟੀ ਖਾ ਲਾਂਗੇ, 1 ਟਕਾ ਮਹਾਰਾਜ ਨੂੰ ਮੱਥਾ ਟੇਕ ਦਿਆਂਗੇ। ਕਹਿੰਦੇ ਨੇ ਘਾਹ ਵੱਢਿਆ ਬੜਾ, ਪੰਡ ਬੜੀ ਵੱਡੀ ਬੰਨੀ, ਕਈ ਜਣਿਆਂ ਨੇ ਪੰਡ ਚੁਕਾਈ, ਔਖਾ ਹੋ ਕੇ ਚੁੱਕੀ, ਪਰ ਵਿਕੀ 1 ਟਕੇ ਦੀ, 2 ਟਕੇ ਨਹੀਂ ਮਿਲੇ, 1 ਟਕਾ ਮਿਲਿਆ। ਭੁੱਖ ਬੜੀ ਲੱਗੀ ਸੀ, 8 ਪਹਿਰਾਂ ਬਾਅਦ ਪ੍ਰਸ਼ਾਦਾ ਛਕਦਾ ਸੀ 24 ਘੰਟਿਆਂ ਪਿੱਛੋਂ, ਇਹਨੇ ਉਹ ਟਕਾ ਲਿਆ ਤੇ ਲਿਜਾ ਕੇ ਜਿੱਥੇ ਰੋਜ਼ ਪ੍ਰਸ਼ਾਦਾ ਛਕਦਾ ਸੀ ਟਕਾ ਫੜਾ ਤਾ, ਕਹਿੰਦੇ ਥਾਲੀ ਦੇ ਦਿਓ। ਪ੍ਰਸ਼ਾਦਾ ਜਦੋਂ ਸਾਹਮਣੇ ਆ ਗਿਆ ਨਾ, ਥਾਲੀ ਮਿਲ ਗਈ, ਤੇ ਕਹਿੰਦਾ ਮਨਾ ਰੋਟੀ ਤੇ ਰੋਜ਼ ਮਿਲ ਜਾਏਗੀ, ਸਤਿਗੁਰੂ ਥੋੜ੍ਹਾ ਰੋਜ਼ ਰੋਜ਼ ਆਉਣ ਲੱਗਣ, ਪ੍ਰਸ਼ਾਦਾ ਤੇ ਰੋਜ਼ ਹੀ ਛਕ ਲੈਂਦੇ ਆ, ਦਰਸ਼ਨ ਥੋੜ੍ਹਾ ਰੋਜ਼ ਰੋਜ਼ ਹੋਣ ਲੱਗੇ। ਧੰਨ ਨੇ ਪਿਆਰ ਵਾਲੇ, ਮੈਂ ਭਾਈ ਸਾਹਿਬ ਗੁਰਦਾਸ ਜੀ ਦਾ ਬਚਨ ਹੈ, ਧੰਨ ਗੁਰੂ ਪਿਆਰੇ, ਗੁਰੂ ਧੰਨ ਹੈ, ਪਰ ਗੁਰੂ ਦੇ ਪਿਆਰੇ ਵੀ ਬੜੇ ਕਮਾਈ ਵਾਲੇ ਹੋਏ, ਬੜੇ ਪਿਆਰ ਕਰਨ ਵਾਲੇ। ਕਹਿੰਦਾ ਮਨਾ ਰੋਟੀ ਤੇ ਰੋਜ਼ ਮਿਲ ਜਾਏਗੀ, ਦਰਸ਼ਨ ਥੋੜ੍ਹਾ ਰੋਜ਼ ਰੋਜ਼ ਹੋਣ ਲੱਗੇ ਨੇ, ਚੱਲ ਦਰਸ਼ਨ ਕਰੀਏ। ਨਹੀਂ ਛਕਦੇ ਪ੍ਰਸ਼ਾਦਾ, ਕੋਈ ਗੱਲ ਨਹੀਂ, 48 ਘੰਟਿਆਂ ਬਾਅਦ ਕੱਲ੍ਹ ਨੂੰ ਛਕ ਲਾਂਗੇ, ਅੱਜ ਰੋਟੀ ਖਾਂਦੇ ਹੀ ਨਹੀਂ। ਪ੍ਰਸ਼ਾਦਾ ਵਾਪਸ ਕਰ ਦਿੱਤਾ, ਉਹ 1 ਟਕਾ ਸੀ, ਟਕਾ ਲੈ ਕੇ ਤੇ ਆ ਗਿਆ ਜਿੱਥੇ ਮਹਾਰਾਜ ਦੇ ਤੰਬੂ ਲੱਗੇ ਸਨ। 2 ਤੰਬੂ ਸਨ, 1 ਜਹਾਂਗੀਰ ਬਾਦਸ਼ਾਹ ਦਾ, 1 ਗੁਰੂ ਸਾਹਿਬ ਦਾ। ਭੁਲੇਖਾ ਲੱਗ ਗਿਆ, ਉਹ ਪਹਿਰੇਦਾਰਾਂ ਨੂੰ ਜਾ ਕੇ ਕਹਿੰਦਾ ਜੀ ਮੈਂ ਸੱਚੇ ਪਾਤਸ਼ਾਹ ਨੂੰ ਮਿਲਣਾ ਹੈ। ਉਹਨਾਂ ਨੇ ਆਖਿਆ ਪਤਾ ਨਹੀਂ ਬਾਦਸ਼ਾਹ ਦੀ ਗੱਲ ਕਰਦਾ ਹੈ। ਕਹਿਣ ਲੱਗੇ ਜੀ ਪੁੱਛ ਕੇ ਆਉਂਦੇ ਹਾਂ। ਉਹ ਅੰਦਰ ਗਏ, ਕਹਿੰਦੇ ਜੀ ਤੁਹਾਨੂੰ ਕੋਈ ਮਿਲਣ ਆਇਆ? ਬਾਦਸ਼ਾਹ ਕਹਿੰਦਾ ਭੇਜ ਦਿਓ, ਵਿਹਲਾ ਹੀ ਬੈਠਾ ਜੀ, ਵੀ 2 ਮਿੰਟ ਮਿਲ ਲੈਂਦੇ ਹਾਂ। ਜਦੋਂ ਇਹ ਅੰਦਰ ਗਿਆ ਤੇ ਸਾਹਮਣੇ ਬਾਦਸ਼ਾਹ ਨੂੰ ਤੱਕਿਆ, ਕਹਿੰਦਾ ਸੁਣਿਆ ਸੀ ਕਲਗੀ ਲਾਉਂਦੇ ਨੇ, ਕਲਗੀ ਤੇ ਇਹਨੇ ਵੀ ਲਾਈ ਹੋਈ, ਲਾਈ ਜੇ ਕਲਗੀ, ਮੈਂ ਸੁਣਿਆ ਸੀ ਦਗਦਗ ਕਰਦਾ ਚਿਹਰਾ ਹੈ, ਨਿਹਾਲ ਹੋ ਜਾਈਦਾ ਦਰਸ਼ਨ ਕਰਕੇ, ਪਰ ਉਹ ਗੱਲ ਤੇ ਨਹੀਂ ਜੋ ਸੁਣਿਆ ਸੀ, ਉਹ ਗੱਲ ਤੇ ਨਹੀਂ। ਚਲੋ ਲੋਕਾਂ ਤੋਂ ਸੁਣਿਆ ਸੀ, ਟਕਾ ਅੱਗੇ ਰੱਖਿਆ, ਮੱਥਾ ਟੇਕਿਆ ਤੇ ਹੱਥ ਜੋੜ ਕੇ ਕਹਿਣ ਲੱਗਾ ਜੀ ਜੰਮਣ ਮਰਨ ਕੱਟ ਦਿਓ। ਬਾਦਸ਼ਾਹ ਨੂੰ ਕਹਿੰਦਾ ਕੀ ਚਾਹੀਦਾ ਭਾਈ? ਮੇਰਾ ਜੰਮਣ ਮਰਨ ਕੱਟ ਦਿਓ। ਉਹ ਸਮਝ ਗਿਆ ਵੀ ਇਹਨੂੰ ਭੁਲੇਖਾ ਲੱਗ ਗਿਆ, ਇਹਨੂੰ ਭੁਲੇਖਾ ਲੱਗ ਗਿਆ, ਜਾਣਾ ਉਧਰਲੇ ਤੰਬੂ ਚ ਸੀ, ਇਧਰਲੇ ਤੰਬੂ ਚ ਆ ਗਿਆ ਭੁਲੇਖੇ ਨਾਲ। ਜਦੋਂ ਕਹਿੰਦਾ ਜੀ ਮੇਰਾ ਜੰਮਣ ਮਰਨ ਕੱਟ ਦਿਓ, ਉਹਨੇ ਇਹਨੇ ਮੱਥਾ ਵੀ ਬੜੇ ਪਿਆਰ ਨਾਲ ਟੇਕਿਆ ਸੀ, ਟਕਾ ਰੱਖ ਕੇ ਨਾ ਸ਼ਰਧਾ ਨਾਲ। ਮੈਂ ਅਰਜ ਕਰਦਾ ਹੁੰਦਾ ਪਿਆਰ ਵਾਲਿਆਂ ਦੇ ਮੱਥਾ ਟੇਕਣ ਤੋਂ ਪਤਾ ਲੱਗ ਜਾਂਦਾ ਵੀ ਇਹਨਾਂ ਦੀ ਕਿੰਨੀ ਕੁ ਸ਼ਰਧਾ। ਪਿਆਰ ਵਾਲਿਆਂ ਦੀਆਂ ਤੇ ਅੱਖਾਂ ਦੱਸਦੀਆਂ ਨੇ, ਪਿਆਰ ਵਾਲੇ ਨੇ ਨਾ ਜਿਹੜੇ ਗੁਰਮੁਖੋ, ਲੱਖ ਛਪਾ ਲੈਣਾ ਆਪਣੇ ਆਪ ਨੂੰ ਵੀ ਨਹੀਂ ਪਤਾ ਲੱਗਣ ਦੇਣਾ, ਨਹੀਂ ਛਪਾ ਸਕਦੇ। ਮੈਂ ਬੜੀ ਵਾਰੀ ਧਾਰਨਾ ਪੜ੍ਹਦਾ ਹੁੰਦਾ, ਰੱਬ ਤੇ ਮਨਾਇਆ ਮਨ ਜਾਂਦਾ ਪਰ ਗੁਰੂ ਮਨਾਉਣਾ ਔਖਾ।
ਰੱਬ ਤੇ ਮਨਾਇਆ ਮਨ ਜਾਂਦਾ ਗੁਰੂ ਮਨਾਉਣਾ ਵਾਹ ਬਈ ਵਾਹ ਸਿੱਖੇ ਸਿਖਾਇਆ ਮਨ ਲੱਗ ਜਾਂਦਾ ਪਰ ਤੋੜਨ ਵਾਉਣਾ ਸੋਫੇ ਤੇ ਬਹਿ ਜਾਓ ਝੁੱਕ ਜਾਂਦਾ ਹੈ ਉੱਠ ਪਾਓਗੇ ਫਿਰ ਓਦਾਂ ਹੀ ਹੋ ਜਾਂਦਾ ਕਈ ਵਾਰੀ ਵੇਖਿਆ ਇੱਥੇ ਆਈ ਦਾ ਨਾ ਦਿੱਲੀ ਚ ਕਈ ਕਹਿਣਗੇ ਨਾਲ ਹੀ ਜਾਣਾ ਜੀ ਬਸ ਥੋੜੇ ਕੁ ਦਿਨਾਂ ਬਾਅਦ ਵਿਰਾਗ ਲੈ ਜਾਂਦਾ ਫਿਰ ਓਦਾਂ ਹੀ ਹੋ ਜਾਂਦਾ ਸਿੱਖਿਆ ਸਿਖਾਇਆ ਮਨ ਲੱਗ ਜਾਂਦਾ ਪਰ ਤੋੜਨ ਵਾਉਣਾ ਔਖਾ ਏ ਸਿੱਖਿਆ ਸਿਖਾਇਆ ਮਨ ਲੱਗ ਜਾਂਦਾ ਤੋੜਨ ਵਾਉਣਾ ਔਖਾ ਏ ਸਿੱਖਿਆ ਸਿਖਾਇਆ ਮਨ ਲੱਗ ਜਾਂਦਾ ਪਰ ਤੋੜਨ ਵਾਉਣਾ ਔਖਾ ਏ ਵਾ 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 ਗੱਜ ਕੇ ਸਿੱਖੇ ਸਿਖਾਇਆ ਮਨ ਅੱਖੀਆਂ ਵਿੱਚ ਪਰਬਤ ਛੁਪ ਜਾਂਦੇ ਕਿੰਨਾ ਕੁਝ ਵੇਖਿਆ ਇਹਨਾਂ ਅੱਖਾਂ ਨਾਲ ਕਿੰਨਾ ਕੁਝ ਵੇਖਿਆ ਕਿੰਨੀ ਦੁਨੀਆ ਤੱਕੀ ਹੈ ਕਿੰਨਾ ਕੁਝ ਅੱਖਾਂ ਛੁਪਾਈ ਬੈਠੀਆਂ ਨੇ ਕਈ ਕੁਝ ਵੇਖ ਕੇ ਅਣਦਿੱਠ ਕਰ ਦਿੱਤਾ ਹੈ ਅੱਖਾਂ 'ਚ ਬੜਾ ਕੁਝ ਛੁਪਿਆ ਹੋਇਆ ਹੈ ਪਰ ਕੋਈ ਐਸੀ ਅੱਖ ਨਹੀਂ ਜਿਹੜੀ ਪ੍ਰੇਮ ਛੁਪਾ ਸਕੇ ਬਾਹਰ ਆ ਜਾਏਗਾ ਲੱਖ ਛੁਪਾ ਲਓ ਨਹੀਂ ਛੁਪਣਾ ਅੱਖੀਆਂ ਵਿੱਚ ਪਰਬਤ ਛੁਪ ਜਾਂਦੇ ਪਰ ਪ੍ਰੇਮ ਛੁਪਾਉਣਾ ਅੱਖੀਆਂ ਵਿੱਚ ਪਰਬਤ ਛੁਪ ਅੱਖੀਆਂ ਵਿੱਚ ਪਰਬਤ ਛੁਪ ਜਾਂਦੇ ਪਰ ਪ੍ਰੇਮ ਛੁਪਾਉਣਾ ਬਾਣੀ ਪੜ੍ਹਨੀ ਸੌਖੀ ਏ ਅਮਲ ਕਮਾਉਣਾ ਔਖਾ ਏ ਬਾਣੀ ਪੜ੍ਹਨੀ ਸੌਖੀ ਏ ਅਮਲ ਕਮਾਉਣਾ ਔਖਾ ਏ ਅਮਲ ਕਮਾਉਣਾ ਔਖਾ ਏ ਬਾਣੀ ਪੜ੍ਹਨੀ ਸੌਖੀ ਏ ਅਮਲ ਕਮਾਉਣਾ ਮੇਰੇ ਵਰਗੇ ਬੜੇ ਸੇਵਕ ਕਹਾਉਂਦੇ ਨੇ ਸੇਵਕ ਤੇ ਹਰ ਕੋਈ ਬਣ ਜਾਂਦਾ ਸਿਰ ਤਲੀ ਟਕਾਉਣਾ ਔਖਾ ਹੈ ਹਰ ਕੋਈ ਬਣ ਜਾਂਦਾ ਸਿਰ ਤਲੀ ਟਕਾਉਣਾ ਲੱਗਦਾ ਹੀ ਸੌਖਾ ਹੈ ਔਖਾ ਹੈ ਬੜੀ ਔਖੀ ਹੈ
मंजिल फकीर बड़ी औखी है 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 बड़ी औखी बात है वेखन नु ही सौखा लगदा है कहन लगा इको ही टका ओ महाराज दे दर्शन कर लईए प्रसादा ते रोज ही छकने गया जहांगीर बादशाह नु लग गया पता इनु भुलेखा लग गया है एक टका अगे रख के मथा टेक के चंगी तरह सिजदा कीता बड़े प्यार नाल मथा टेक के कहिंदा जी मेरा जम्मण मरण कट दियो बादशाह वेखे भुलेखा लग गया है उन्हें अपने उत्तों ढाई लख दा दुशाला ला के उत्ते देता ढाई लख दा दुशाला कहिंदे जा तेरी जन्मा जन्मा दी गरीबी कट दित्ती सत पीढ़ियां भी खाई जायो माया नहीं मुकनी उन्हां वेलियां दा ढाई लख जा गरीबी कट दित्ती तेरी कहन लगा जी मैं गरीबी दी गल नहीं कीती मैं ते जम्मण मरण कहिंदा कट दियो ਕਹਿੰਦੇ ਵੀ ਜੰਮਣ ਮਰਨ ਮੈਂ ਨਹੀਂ ਕੱਟ ਸਕਦਾ ਕਹਿੰਦੇ ਜੀ ਕਿਉਂ ਕਹਿੰਦੇ ਜੰਮਣ ਮਰਨ ਕੱਟਣ ਵਾਲਾ ਤੇ ਦੂਜੇ ਤੰਬੂ ਚ ਬੈਠਾ ਤੈਨੂੰ ਭੁਲੇਖਾ ਲੱਗ ਗਿਆ ਲੈ ਤੂੰ ਮੈਨੂੰ ਇੰਨੀ ਇੰਨੀ ਸ਼ਰਧਾ ਨਾਲ ਇੰਨੇ ਪਿਆਰ ਨਾਲ ਤੂੰ ਇੱਥੇ ਆ ਕੇ ਮੱਥਾ ਟੇਕਿਆ ਹੈ ਮੈਂ ਚਾਹੁੰਦਾ ਮੈਂ ਤੈਨੂੰ ਖੁਸ਼ ਕਰ ਦਿਆਂ ਆ ਢਾਈ ਲੱਖ ਦਾ ਦੁਸ਼ਾਲਾ ਲੈ ਜਾ ਜੋ ਚਾਹੀਦਾ ਤੂੰ ਮੇਰੇ ਤੋਂ ਮੰਗ ਲੈ ਮੈਂ ਤੈਨੂੰ ਬਾਦਸ਼ਾਹ ਦੁਨੀਆ ਦਾ ਜੋ ਮੰਗੇਗਾ ਜਾਗੀਰਾਂ ਮੰਗ ਲੈ ਜੋ ਚਾਹੀਦਾ ਮੰਗ ਲੈ ਮੈਂ ਤੈਨੂੰ ਦਿਆਂਗਾ ਖੁਸ਼ ਕਰ ਦੇਣਾ ਮੈਂ ਤੈਨੂੰ ਕਿਉਂਕਿ ਤੂੰ ਮੇਰੇ ਦਰਬਾਰ ਚ ਗੁਰੂ ਦੇ ਦਰਬਾਰ ਚੋਂ ਪਹਿਲਾਂ ਆ ਗਿਆ ਖੁਸ਼ ਕਰ ਦੇਣਾ ਪਰ ਹੁਣ ਕਿੱਥੇ ਮਨ ਭਿੱਜੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰ ਵਾਲੇ ਜਿਹੜੇ ਨੇ ਉਹ ਕਿਤੇ ਰੀਝ ਹੀ ਨਹੀਂ ਸਕਦੇ ਖੁਸ਼ ਹੋ ਹੀ ਨਹੀਂ ਸਕਦੇ ਅੰਦਰ ਜਿਨ੍ਹਾਂ ਦੇ ਪ੍ਰੇਮ ਹੈ ਸ਼ਰਧਾ ਭਾਵਨਾ ਜਿਨ੍ਹਾਂ ਦੀ ਬਣ ਜਾਏ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਵਿੱਚ ਜਿਹੜੇ ਜੁੜਨ ਵਾਲੇ ਨੇ ਭਾਵੇਂ ਲੱਖ ਕੋਈ ਆਈ ਜਾਏ ਪਖੰਡੀ ਲੱਖ ਆ ਕੇ ਆਖੇ ਤੈਨੂੰ ਜੋਤ ਵਿਖਾ ਦਿਆਂਗਾ ਲੱਖ ਕੋਈ ਆਖੇ ਆ ਜਾ ਤੇਰੇ ਤੇ ਕਿਰਪਾ ਕਰ ਦਿਆਂਗਾ ਕਦੇ ਵੀ ਨਹੀਂ ਗੁਰੂ ਸਾਹਿਬ ਦਾ ਰਾਹ ਛੱਡ ਕੇ ਹੋਰ ਪਾਸੇ ਜਾਂਦੇ ਜਿਹੜੇ ਰੰਗੇ ਹੋਏ ਨੇ ਦਿਲ ਹੋ ਮੁਹੱਬਤ ਜਿਨ ਸਹੀ ਸੱਚਿਆ ਜਿਨ੍ਹਾਂ ਦੇ ਅੰਦਰ ਹੈ ਪ੍ਰੇਮ ਉਹ ਨਹੀਂ ਟੁੱਟਦੇ ਕਦੇ ਕਹਿਣਗੇ ਫਲਾਣਾ ਜੁੜਿਆ ਸੀ ਟੁੱਟ ਗਿਆ ਨਹੀਂ ਗੁਰਮੁਖਾ ਭੁਲੇਖਾ ਹੈ ਜੇ ਜੁੜਿਆ ਹੁੰਦਾ ਟੁੱਟਦਾ ਨਾ ਉਹ ਜੁੜਿਆ ਹੀ ਨਹੀਂ ਸੀ ਜਿਹੜਾ ਟੁੱਟ ਗਿਆ ਜੁੜਿਆ ਟੁੱਟ ਜਾਏਗਾ ਇਹ ਨਹੀਂ ਹੋ ਸਕਦਾ ਜਿਹੜੇ ਟੁੱਟ ਗਏ ਨੇ ਉਹ ਤੇ ਜੁੜੇ ਹੀ ਨਹੀਂ ਸਨ ਜੁੜੇ ਨਹੀਂ ਟੁੱਟਦੇ ਜਿਨ੍ਹਾਂ ਨੇ ਅੰਦਰੋਂ ਅੰਦਰੋਂ ਪ੍ਰੀਤ ਹੈ ਨਾ ਜਿਨ੍ਹਾਂ ਦੇ ਅੰਦਰ ਉਹ ਨਹੀਂ ਗੁਰਮੁਖੋ ਟੁੱਟ ਸਕਦੇ ਕਦੇ ਉਹ ਤੇ ਤੁਰਦੇ ਰਹਿੰਦੇ ਨੇ ਜਿੰਨਾ ਚਿਰ ਮੰਜ਼ਿਲ ਨਾ ਮਿਲ ਜਾਏ ਮਹਾਰਾਜ ਸਾਹਿਬ ਦੂਜੇ ਤੰਬੂ ਚ ਨੇ ਇਹਨੇ ਉਸੇ ਵੇਲੇ ਦੁਸ਼ਾਲਾ ਲਾਇਆ ਦੁਸ਼ਾਲਾ ਲਾ ਕੇ ਮਹਾਰਾਜ ਦੇ ਅੱਗੇ ਰੱਖ ਵਾਹਿਗੁਰੂ ਬਾਦਸ਼ਾਹ ਦੇ ਅੱਗੇ ਰੱਖ ਦਿੱਤਾ ਆਹ ਲਓ ਜੀ ਦੁਸ਼ਾਲਾ ਮੈਂ ਚੱਲਿਆ ਨਾਲੇ ਆਪਣਾ ਟਕਾ ਵੀ ਚੁੱਕ ਲਿਆ ਉਹ ਟਕਾ ਜਦੋਂ ਚੁੱਕਿਆ ਬਾਦਸ਼ਾਹ ਹੈਰਾਨ ਵੀ ਇੱਕ ਸਿੱਖ ਦੀਆਂ ਨਜ਼ਰਾਂ ਚ ਮੇਰੀ ਕੀਮਤ ਇੱਕ ਟਕਾ ਵੀ ਨਹੀਂ ਬਾਦਸ਼ਾਹ ਦੀ ਕੀਮਤ ਇੱਕ ਟਕਾ ਵੀ ਨਹੀਂ ਮੈਂ ਲੈਣਾ ਕੀ ਹੈ ਰੰਗ ਹੱਸੈ ਰੰਗ ਰੋਵੈ ਚੁੱਪ ਭੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾ ਹਾਂ ਅਸੀਂ ਪਰਵਾਹ ਕਰੀਏ ਕਾਹਦੇ ਵਾਸਤੇ ਕਿਸੇ ਦੀ ਫਕੀਰ ਆਪਣੀ ਮਸਤੀ ਵਿੱਚ ਹੈ ਆਪਣੇ ਆਨੰਦ ਵਿੱਚ ਹੈ ਉਹਨੇ ਕੀ ਲੈਣਾ ਹੈ ਉਹ ਰੰਗਿਆ ਹੋਇਆ ਗੁਰਸਿੱਖ ਸੀ ਉਹ ਕਹਿੰਦਾ ਮੈਂ ਬਾਦਸ਼ਾਹ ਤੋਂ ਕੀ ਲੈਣਾ ਹੈ ਮੈਨੂੰ ਤੇ ਸਤਿਗੁਰੂ ਦੀ ਲੋੜ ਹੈ ਝੂਠੇ ਨੇ ਬਾਦਸ਼ਾਹ ਸੰਤ ਬਾਬਾ ਅਤਰ ਸਿੰਘ ਮਹਾਰਾਜ ਮਸਤੋਆਣਾ ਸਾਹਿਬ ਵਾਲੇ ਆ ਤੁਹਾਡੀ ਦਿੱਲੀ ਵਿੱਚ ਆਏ ਸਨ ਜਾਰਜ ਪੰਚਮ ਵਿਸ਼ਵ ਸਮਰਾਟ ਸੀ ਵਿਸ਼ਵ ਸਮਰਾਟ ਉਹ ਆਇਆ ਸੀ
ਉਹ ਕਹਿੰਦਾ ਸਾਰੇ ਧਰਮ ਦੱਸੋ ਆਪਣੇ ਆਪਣੇ ਧਰਮਾਂ ਬਾਰੇ ਵੀ ਹਿੰਦੁਸਤਾਨ 'ਚ ਕਿੰਨੇ ਧਰਮ ਨੇ ਕਿਹੋ ਜਿਹੇ ਨੇ ਸਾਰੇ ਧਰਮਾਂ ਵਾਲੇ ਸੱਦੇ ਗਏ ਖਾਲਸਾ ਪੰਥ ਨੇ ਬਾਬਾ ਅਤਰ ਸਿੰਘ ਜੀ ਮਸਤਵਾਣੇ ਵਾਲੇ ਮਹਾਰਾਜ ਮਹਾਂਪੁਰਸ਼ਾਂ ਨੂੰ ਅੱਗੇ ਲਾਇਆ ਕਹਿੰਦੇ ਜੀ ਤੁਸੀਂ ਅਗਵਾਈ ਕਰੋ ਮਹਾਂਪੁਰਸ਼ ਆਏ ਸਾਰਿਆਂ ਨੂੰ ਆਖਿਆ ਆਪਣੇ ਆਪਣੇ ਧਰਮਾਂ ਦੇ ਗ੍ਰੰਥ ਲਿਆਓ ਤੇ ਦੱਸੋ ਕੋਈ ਗੀਤਾ ਵੀ ਲੈ ਕੇ ਗਿਆ ਕੱਛੇ ਮਾਰ ਕੇ ਕੋਈ ਕੁਰਾਨ ਵੀ ਲੈ ਕੇ ਗਿਆ ਵੇਦ ਸ਼ਾਸਤਰ ਵੀ ਗਏ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਇੱਕ ਬੰਦਾ ਲੈ ਕੇ ਆਓ ਕਹਿੰਦੇ ਏਦਾਂ ਨਹੀਂ ਲੈ ਕੇ ਆਉਣਾ ਤੇਰੇ ਕੋਲ ਕਮਰੇ 'ਚ ਇੱਥੇ ਨਹੀਂ ਲੈ ਕੇ ਆਵਾਂਗੇ ਕਿਵੇਂ ਲੈ ਕੇ ਆਓਗੇ ਕਹਿੰਦੇ ਉੱਚੀ ਜਗ੍ਹਾ ਤੇ ਖਲੋ ਜਾਈ ਅਸੀਂ ਪੰਜ ਪਿਆਰੇ ਪੰਜ ਘੋੜਿਆਂ ਤੇ ਹੋਣਗੇ ਹਾਥੀ ਤੇ ਗੁਰੂ ਗ੍ਰੰਥ ਸਾਹਿਬ ਲੰਘਣਗੇ ਤੂੰ ਤੁਰਿਆਂ ਜਾਂਦਿਆਂ ਦੇ ਦਰਸ਼ਨ ਕਰ ਲਈ ਅਸੀਂ ਤੇਰੇ ਕੋਲ ਨਹੀਂ ਲੈ ਕੇ ਆਉਣਾ ਲੰਘੇਗਾ ਨਗਰ ਕੀਰਤਨ ਦਰਸ਼ਨ ਕਰ ਲਈ ਏਦਾਂ ਨਹੀਂ ਤੇਰੇ ਕੋਲ ਲੈ ਕੇ ਆਉਣ ਲੱਗੇ ਅਸੀਂ ਵੀ ਇਕੱਲਾ ਜਣਾ ਹੀ ਆ ਕੇ ਗੁਰੂ ਗ੍ਰੰਥ ਸਾਹਿਬ ਵਿਖਾ ਜਾਏਗਾ ਤੈਨੂੰ ਵੀ ਆਹ ਸਾਡਾ ਗੁਰੂ ਹੈ ਏਦਾਂ ਨਹੀਂ ਹੋਣਾ ਇੱਥੇ ਫਿਰ ਪੰਜ ਘੋੜਿਆਂ ਤੇ ਪੰਜ ਪਿਆਰੇ ਬਰਾਜਮਾਨ ਹੋਏ ਸਵਾਰ ਹੋਏ ਗੁਰੂ ਸਾਹਿਬ ਨੂੰ ਹਾਥੀ ਤੇ ਪ੍ਰਕਾਸ਼ ਕੀਤਾ ਗਿਆ ਬਾਬਾ ਅਤਰ ਸਿੰਘ ਜੀ ਨੂੰ ਕਹਿੰਦੇ ਜੀ ਚਵਰ ਬਰਦਾਰ ਚੌਰ ਦੀ ਸੇਵਾ ਤੁਸੀਂ ਕਰੋ ਬਹਿ ਗਏ ਫਿਰ ਇੱਕ ਸਤਿਗੁਰੂ ਗੁਰੂ ਵੀ ਪੂਰਾ ਫਿਰ ਸਿੱਖ ਵੀ ਪੂਰਾ ਸੰਤ ਵੀ ਪੂਰਾ ਹੱਥ 'ਚ ਚੌਰ ਫੜ ਲਿਆ ਮਹਾਂਪੁਰਸ਼ਾਂ ਨੇ ਜਦੋਂ ਸਾਹਮਣੇ ਆਇਆ ਨਾ ਜਾਰਜ ਪੰਚਮ ਤੇ ਇੰਨੀ ਗਰਜਵੀਂ ਆਵਾਜ਼ ਸੀ ਉਹਨਾਂ ਦੀ ਕਹਿੰਦੇ ਨੇ ਕਈ ਕਈ ਮੀਲਾਂ ਤੱਕ ਬਿਨਾਂ ਸਪੀਕਰ ਤੋਂ ਉਦੋਂ ਸਪੀਕਰ ਹੁੰਦੇ ਹੀ ਨਹੀਂ ਸਨ ਆਵਾਜ਼ ਸੁਣਦੀ ਸੀ ਬੜੀ ਉੱਚੀ ਉਹਨਾਂ ਨੇ ਫਿਰ ਧਾਰਨਾ ਪੜ੍ਹੀ ਜਾਰਜ ਪੰਚਮ ਕਹਿੰਦਾ ਕਹਿੰਦੇ ਕੀ ਨੇ ਮੈਨੂੰ ਇਹਦੇ ਅਰਥ ਸਮਝਾਓ ਕਹਿੰਦੇ ਇੱਦਾਂ ਕਹਿ ਰਹੇ ਨੇ ਕੋਈ ਹਰੀ ਦੇ ਸਮਾਨ ਨਹੀਂ ਰਾਜਾ ਵਾਹਿਗੁਰੂ ਹੈ ਅਸਲੀ ਰਾਜਾ ਹੋਰ ਨਹੀਂ ਕੋਈ ਕੋਈ ਹਰ ਸਮਾਨ ਨਹੀਂ ਰਾਜਾ ਕੋਈ ਹਰੀ ਦੇ ਸਮਾਨ ਨਹੀਂ ਉਹ ਰਾਜਾ ਝੂਠੇ ਰਾਜੇ ਚਾਰ ਲੋਕ ਦੇ ਕੋਈ ਹਰੀ ਦੇ ਸਮਾਨ ਨਹੀਂ ਰਾਜਾ ਝੂਠੇ ਰਾਜੇ ਚਾਰ ਲੋਕ ਜਦੋਂ ਗੁਰਮੁਖੋ ਇੱਦਾਂ ਸੁਣਿਆ ਜਾਰਜ ਪੰਚਮ ਨੇ ਅਗਲੇ ਦਿਨ ਵਿਸ਼ਵ ਸਮਰਾਟ ਉਹ ਹੁੰਦਾ ਜਿਹਦੇ ਅੱਗੇ ਸਾਰੀ ਦੁਨੀਆ ਝੁਕੇ ਵਿਸ਼ਵ ਝੁਕੇ ਸਾਰੇ ਰਾਜੇ ਆਏ ਸੀ ਪੰਜਾਬ ਤੋਂ ਨਾਭੇ ਰਿਆਸਤ ਵਾਲਾ ਰਾਜਾ ਪਟਿਆਲੇ ਰਿਆਸਤ ਵਾਲਾ ਜੀਂਦ ਵਾਲਾ ਸਾਰੇ ਰਾਜੇ ਆਏ ਹੋਏ ਸੀ ਦਿੱਲੀ ਸਾਰਿਆਂ ਨੇ ਆ ਕੇ ਆਪਣੀਆਂ ਆਪਣੀਆਂ ਭੇਟਾਵਾਂ ਦਿੱਤੀਆਂ ਮੈਂ ਆਹ ਗਿਫਟ ਲੈ ਕੇ ਆਇਆ ਕੋਈ ਕਹਿੰਦਾ ਜੀ ਆਹ ਸੁਗਾਤ ਲੈ ਕੇ ਆਇਆ ਮਹਾਂਪੁਰਸ਼ ਬੈਠੇ ਸੀ ਜਾਰਜ ਪੰਚਮ ਉੱਠਿਆ ਕਹਿੰਦੇ ਉਹੀ ਨੇ ਕੱਲ ਵਾਲੇ ਕਹਿੰਦੇ ਉਹੀ ਨੇ ਉੱਠ ਕੇ ਜਿਹਦੇ ਅੱਗੇ ਕਦੇ ਸਾਰੀ ਦੁਨੀਆ ਜਿਹਦੇ ਅੱਗੇ ਝੁਕਦੀ ਸੀ
ਜਿਹਨੇ ਕਦੇ ਕਿਸੇ ਅੱਗੇ ਸੀਸ ਨਹੀਂ ਸੀ ਝੁਕਾਇਆ, ਉਹਨੇ ਸੰਤ ਬਾਬਾ ਅਤਰ ਸਿੰਘ ਜੀ ਦੇ ਅੱਗੇ ਆਪਣਾ ਸੀਸ ਝੁਕਾ ਦਿੱਤਾ। ਤੇ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੂੰ ਚਿੱਠੀ ਲਿਖਿਆ ਕਰੇ ਤੇ ਚਿੱਠੀ ਵਿੱਚ ਆਈ ਵਾਰੀ ਲਿਖਿਆ ਕਰੇ, ਮਹਾਰਾਜਾ ਸਾਹਿਬ ਤੁਹਾਡਾ ਧੰਨਵਾਦੀ ਹੋਵਾਂਗਾ ਜੇ ਕਦੇ ਸੰਤ ਬਾਬਾ ਅਤਰ ਸਿੰਘ ਜੀ ਦੇ ਚਰਨ ਮੇਰੇ ਮਹਿਲ ਵਿੱਚ ਪਵਾ ਦਿਓ। ਮੈਂ ਚਾਹੁੰਦਾ ਮੇਰਾ ਪਰਿਵਾਰ ਵੀ ਉਹਨਾਂ ਦੇ ਚਰਨਾਂ ਵਿੱਚ ਬੈਠੇ, ਇੰਨੀ ਖਿੱਚ ਸੀ ਉਹਨਾਂ 'ਚ। ਅਰਜ ਕਰ ਰਿਹਾ ਬੇਪਰਵਾਹੀ ਇਸੇ ਨੂੰ ਕਹਿੰਦੇ ਨੇ। ਗਿਆਨੀ ਜੈਲ ਸਿੰਘ ਨੇ ਟਾਈਮ ਲਿਆ, ਰਾਸ਼ਟਰਪਤੀ ਨੇ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਸ਼ ਰਾੜਾ ਸਾਹਿਬ ਵਾਲਿਆਂ ਤੋਂ ਕਹਿੰਦੇ ਜੀ ਮਿਲਣਾ ਹੈ, ਟਾਈਮ ਦੇ ਦਿੱਤਾ, ਕਹਿੰਦੇ ਜੀ ਇੰਨੇ ਵਜੇ ਆ ਜਾਇਓ, ਅਸੀਂ ਦੀਵਾਨ 'ਤੇ ਪਹੁੰਚਣਾ। ਬਿਲਕੁਲ ਟਾਈਮ ਦੇ ਪੱਕੇ ਸੀ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ। ਜੇ ਉਹਨਾਂ ਦੇ ਰਾਤ ਦੇ ਦੀਵਾਨ ਦਾ ਟਾਈਮ 8:30 ਹੁੰਦਾ ਸੀ ਤੇ ਇੱਕ ਸੈਕਿੰਡ ਕਦੇ ਲੇਟ ਨਹੀਂ ਸੀ ਹੁੰਦੇ, 10 ਵਜੇ ਸਮਾਪਤੀ। ਦਿਨ ਦੇ ਦੀਵਾਨ ਦਾ ਟਾਈਮ ਜੇ 2 ਵਜੇ ਸੀ ਤੇ 2 ਤੋਂ 1 ਮਿੰਟ ਲੇਟ ਨਹੀਂ। ਸਾਰੀ ਜ਼ਿੰਦਗੀ 'ਚ 3 ਵਾਰੀ ਲੇਟ ਹੋਏ ਫਾਟਕ ਲੱਗਣ ਕਰਕੇ, ਤੇ ਕੀਰਤਨ ਸ਼ੁਰੂ ਕਰਨ ਤੋਂ ਪਹਿਲਾਂ ਮਾਫ਼ੀ ਮੰਗਦੇ ਸੀ, ਸਾਧ ਸੰਗਤ ਜੀ ਤੁਹਾਨੂੰ ਉਡੀਕ ਕਰਨੀ ਪਈ, ਖਿਮਾ ਕਰ ਦੇਣਾ, ਸਾਰੀ ਜ਼ਿੰਦਗੀ ਲੇਟ ਨਹੀਂ ਹੋਏ। ਕਿਉਂਕਿ ਉਹਨਾਂ ਨੂੰ ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ ਘੜੀ ਦੇ ਕੇ ਗਏ ਸੀ ਜਾਣ ਲੱਗਿਆਂ, ਨਿਸ਼ਾਨੀ। ਉਹ ਘੜੀ ਦਾ ਅਰਥ ਹੀ ਉਹਨਾਂ ਨੇ ਇਹ ਸਮਝਿਆ ਵੀ ਮੈਂ ਟਾਈਮ ਦਾ ਪਾਬੰਦ ਰਹਿਣਾ, ਪੱਕਾ ਟਾਈਮ ਸੀ ਉਹਨਾਂ ਦਾ, ਇੱਕ ਸੈਕਿੰਡ ਲੇਟ ਨਹੀਂ ਸੀ। ਲੋਕ ਘੜੀਆਂ ਮਿਲਾਉਂਦੇ ਸੀ ਵੀ ਜੇ ਆ ਗਏ ਸਟੇਜ ਤੇ ਸਹੀ ਟਾਈਮ ਹੈ, ਘੜੀ ਸਹੀ ਕਰ ਲਓ, ਇਹ ਟਾਈਮ ਤੋਂ ਲੇਟ ਨਹੀਂ ਹੋ ਸਕਦੇ, ਪੱਕੇ ਸੀ ਟਾਈਮ ਦੇ। ਤੇ ਮਹਾਂਪੁਰਸ਼ ਜਦੋਂ ਗਿਆਨੀ ਜੈਲ ਸਿੰਘ ਜੀ ਨੇ ਸਮਾਂ ਲਿਆ ਤੇ ਗਿਆਨੀ ਜੈਲ ਸਿੰਘ ਮੰਤਰੀਆਂ ਵਾਲਾ ਕੰਮ ਲੇਟ ਹੋ ਗਏ, ਤੇ ਜਦੋਂ ਮਹਾਂਪੁਰਸ਼ਾਂ ਦਾ ਤੁਰਨ ਦਾ ਟਾਈਮ ਸੀ ਤੇ ਜਦੋਂ ਗੱਡੀਆਂ ਬਾਹਰ ਆਈਆਂ ਨਾ ਗੇਟ ਤੇ ਰਾੜਾ ਸਾਹਿਬ, ਇਹਨੇ ਨੂੰ ਗਿਆਨੀ ਜੈਲ ਸਿੰਘ ਹੁਣੀ ਪਹੁੰਚ ਗਏ, ਗੱਡੀਆਂ ਆ ਗਈਆਂ ਸਾਹਮਣੇ। ਮਹਾਂਪੁਰਸ਼ ਉਤਰ ਕੇ ਤਾਕੀ ਖੋਲ ਕੇ ਗਏ, ਗਿਆਨੀ ਜੈਲ ਸਿੰਘ ਨੇ ਆਖਿਆ ਹੱਥ ਜੋੜੇ, ਡਰਾਈਵਰ ਨੂੰ ਕਹਿੰਦੇ ਰੋਕ ਨਾ, ਸੰਗਤ 'ਚ ਲੇਟ ਨਾ ਪਹੁੰਚੀਏ। ਘੜੀ ਤੇ ਹੱਥ ਲਾ ਦਿੱਤਾ, ਕਹਿੰਦੇ ਜੀ ਲੇਟ ਹੋ ਗਏ ਹੋ। ਇੰਨਾ ਕਹਿ ਕੇ ਗੱਡੀ ਲੈ ਕੇ ਚਲੇ ਗਏ, ਮਿਲੇ ਹੀ ਨਹੀਂ ਰਾਸ਼ਟਰਪਤੀ ਨੂੰ। ਇਹ ਹੈ ਬੇਪਰਵਾਹੀ, ਐਵੇਂ ਨਹੀਂ ਦੁਨੀਆ ਪੂਜਦੀ, ਐਵੇਂ ਸਤਿਕਾਰ ਨਹੀਂ ਹੁੰਦਾ। ਆਪਾਂ ਤੇ ਜੇ ਕਿਤੇ ਗੁਰਮੁਖੋ ਮੰਤਰੀ ਨਾਲ ਕਿਸੇ ਨਾਲ ਹੱਥ ਮਿਲਾ ਆਈਏ, ਸਾਨੂੰ ਤੇ ਆ ਕੇ ਰੋਟੀ ਨਹੀਂ ਸਵਾਦ ਲੱਗਦੀ, ਚੌੜੇ ਹੋਏ ਫਿਰਨੇ ਆ। ਫੋਟੋਆਂ ਡਰਾਇੰਗ ਰੂਮ 'ਚ ਲੱਗੀਆਂ ਹੁੰਦੀਆਂ ਨੇ ਵੀ ਫਲਾਣੇ ਨਾਲ ਮੇਰੀ ਬਣਦੀ ਹੈ, ਫਲਾਣੇ ਨਾਲ ਮੇਰੀ ਨੇੜਤਾ। ਸਾਡਾ ਹਾਲ ਤੇ ਹੋਰ ਤਰ੍ਹਾਂ ਦਾ, ਪਰ ਬੇਪਰਵਾਹ ਸਨ ਮਹਾਂਪੁਰਸ਼। ਬੇਪਰਵਾਹੀ ਹੁੰਦੀ ਹੈ ਰੱਬ ਦੇ ਪਿਆਰਿਆਂ ਕੋਲ। ਬਾਦਸ਼ਾਹ ਸਾਹਮਣੇ ਬੈਠਾ ਹੈ, ਮੈਂ ਕੀ ਲੈਣਾ ਇਹਦੇ ਤੋਂ? ਇੱਕ ਟਕਾ ਰੱਖਿਆ ਸੀ, ਟਕਾ ਉਵੇਂ ਜਿਵੇਂ ਵਾਪਸ ਚੁੱਕ ਲਿਆ, ਨਾਲ ਦੇ ਤੰਬੂ 'ਚ ਗਿਆ। ਫਿਰ ਬਾਦਸ਼ਾਹ ਵੀ ਪਿੱਛੇ ਹੀ ਉੱਠ ਕੇ ਆ ਗਿਆ, ਕਹਿੰਦਾ ਇਹੋ ਜਿਹਾ ਸਿੱਖ, ਇੱਕ ਟਕਾ ਵੀ ਇਹਦੀ ਮੇਰੀ ਕੀਮਤ ਨਹੀਂ ਇਹਦੀਆਂ ਨਜ਼ਰਾਂ 'ਚ, ਇੰਨੀ ਭਾਵਨਾ, ਮਗਰ ਹੀ ਆ ਗਿਆ ਉੱਠ ਕੇ। ਮੈਂ ਕਹਿੰਦਾ ਸਾਡੀ ਵੀ ਬਣੇ। ਮੈਂ ਅਰਜ ਕਰਦਾ ਹੁਣ ਗੁਰਮੁਖੋ, ਭਟਕਦੇ ਫਿਰਨੇ ਆ, ਜੈਸੇ ਬਛਰਾ ਬਿਛਰ ਪਰੈ ਆਨ ਗਾਏ ਥਨ, ਦੁਗਧ ਨਾ ਪਾਨ ਕਰੇ ਮਾਰਤ ਹੈ ਲਾਤ ਕੀ। ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਆਪਣੀ ਮਾਂ ਦੇ ਬੱਚਾ ਆਪਣੀ ਮਾਂ ਦੇ ਥਣਾਂ ਨੂੰ ਛੱਡ ਕੇ, ਗਾਂ ਦੇ ਥਣਾਂ ਨੂੰ ਛੱਡ ਕੇ ਜੇ ਹੋਰ ਗਾਂ ਥੱਲੇ ਜਾਏਗਾ, ਲੱਤਾਂ ਹੀ ਖਾਏਗਾ, ਦੁੱਧ ਨਹੀਂ ਮਿਲਣਾ। ਆਖੋ ਸਤਨਾਮ, ਦੁੱਧ ਨਹੀਂ ਮਿਲਣਾ। ਗੁਰਮੁਖੋ ਜੇ ਬਖਸ਼ਿਸ਼ਾਂ ਮਿਲਣੀਆਂ ਨੇ ਤੇ ਸਤਿਗੁਰੂ ਦੇ ਦਰ ਤੋਂ ਮਿਲਣੀਆਂ ਨੇ। ਧਰਮ 'ਚ ਪੱਕੇ ਰਹੀਏ, ਦਰ ਦਰ ਤੇ ਨਾ ਭਟਕੀਏ, ਥਾਂ ਥਾਂ ਤੇ ਨਾ ਫਿਰੀਏ। ਧਿਆਨ ਦੇਣਾ, ਕਾਹਦੇ ਵਾਸਤੇ ਦਰ ਦਰ ਤੇ ਫਿਰਨੇ, ਕਿਉਂ ਭਟਕਦੇ ਫਿਰਨੇ? ਜਦੋਂ ਇਹ ਸਾਹਮਣੇ ਗਿਆ ਨਾ ਤੰਬੂ ਦੇ ਬਾਹਰ ਖਲੋਤੇ ਸਿੱਖ ਵੇਖੇ, ਸਿੱਖਾਂ ਨੂੰ ਵੇਖ ਕੇ ਕਹਿੰਦਾ ਹੈ ਬਾਦਸ਼ਾਹ ਨਾਲੋਂ ਤੇ ਇਹਨਾਂ ਦਾ ਰੋਹਬ ਜ਼ਿਆਦਾ ਹੈ, ਇਹਨਾਂ ਦਾ ਤੇਜ ਜ਼ਿਆਦਾ ਹੈ। ਕਿੱਥੇ ਉਹ ਬਾਦਸ਼ਾਹ, ਕਿੱਥੇ ਆ ਗੁਰੂ ਕੇ ਪਿਆਰੇ ਸਿੱਖ? ਅਜੇ ਤੇ ਗੁਰੂ ਸਾਹਿਬ ਅੰਦਰ ਨੇ, ਸਿੱਖਾਂ ਨੂੰ ਵੇਖ ਕੇ ਮਨ ਨਿਹਾਲ ਹੋ ਗਿਆ। ਕਮਾਈ ਵਾਲੇ ਹੁੰਦੇ ਸੀ, ਸਾਡੇ ਵਰਗੇ ਨਹੀਂ ਸਨ, ਸਿੱਖਾਂ ਦੀਆਂ ਕਮਾਈਆਂ ਸਨ। ਜਦੋਂ ਤੱਕੇ ਨਾ ਗੁਰੂ ਦੇ ਪਿਆਰੇ, ਉਹਨਾਂ ਨੂੰ ਵੇਖ ਕੇ ਮਨ ਨਿਹਾਲ ਹੋ ਗਿਆ। ਫਿਰ ਗਿਆ ਅੰਦਰ ਤੇ ਸਤਿਗੁਰੂ ਜਾਂਦਿਆਂ ਨੂੰ ਖਲੋਤੇ ਨੇ, ਬੈਠੇ ਨਹੀਂ। ਆ ਜਾ ਭਾਈ, ਮਹਾਰਾਜ ਸਾਹਿਬ ਜੀ ਦੇ ਚਿਹਰੇ ਵੱਲ ਤੱਕਿਆ, ਨੇਤਰ ਬੰਦ ਹੋ ਗਏ, ਫਿਰ ਅੱਖਾਂ ਖੁੱਲੀਆਂ। ਖੁੱਲੇ ਨੈਣ ਤੇ ਗਿਆ ਨਾ ਚੱਲਿਆ, ਨੂਰ ਨਿਰੰਕਾਰੀ ਜੋਤ ਖੁੱਲੇ ਨੈਣ ਤੇ ਗਿਆ।
ਤੁਰਦਾ ਹੁੰਦਾ ਦਰਸ਼ਨ ਕੀਤੇ ਗਦ ਗਦ ਮਨ ਹੋ ਗਿਆ ਜੀ ਗਦ ਗਦ ਮਨ ਹੋ ਗਿਆ ਜੀ ਦਗ ਦਗ ਕਰਦਾ ਚਿਹਰਾ ਤੱਕ ਕੇ ਗਦ ਗਦ ਮਨ ਹੋ ਗਿਆ ਜੀ ਦਗ ਦਗ ਕਰਦਾ ਚਿਹਰਾ ਤੱਕ ਕੇ ਗਦ ਗਦ ਮਨ ਹੋ ਗਿਆ ਜੀ ਦਗ ਦਗ ਕਰਦਾ ਚਿਹਰਾ ਤੱਕ ਕੇ ਗਦ ਗਦ ਮਨ ਹੋ ਗਿਆ ਜੀ ਦਗ ਦਗ ਕਰਦਾ ਚਿਹਰਾ ਗਦ ਗਦ ਮਨ ਹੋ ਗਿਆ ਜੀ ਦਗ ਦਗ ਕਰਦਾ ਚਿਹਰਾ ਤੱਕ ਕੇ ਗਦ ਗਦ ਮਨ ਹੋ ਗਿਆ ਜੀ ਦਗ ਦਗ ਕਰਦਾ ਚਿਹਰਾ ਤੱਕ ਕੇ ਗਦ ਗਦ ਮਨ ਹੋ ਗਿਆ ਜੀ ਗਦ ਗਦ ਕਰਦਾ ਚਿਹਰਾ ਤੱਕ ਕੇ ਗਦ ਗਦ ਮਨ ਹੋ ਗਿਆ ਜੀ ਗਦ ਗਦ ਕਰਦਾ ਚਿਹਰਾ ਤੱਕ ਕੇ ਗਦ ਗਦ ਮਨ ਹੋ ਗਿਆ ਜੀ ਗਦ ਗਦ ਕਰਦਾ ਚਿਹਰਾ ਤੱਕ ਕੇ ਉਤਰ ਗਯੋ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਸਾਹਮਣੇ ਮਹਾਰਾਜ ਖਲੋਤੇ ਨੇ ਸੱਚੇ ਪਾਤਸ਼ਾਹ ਨੇ ਉਸੇ ਵੇਲੇ ਆਖਿਆ ਆ ਜਾ ਭਾਈ ਇਨ ਚਰਨਾਂ ਤੇ ਮੱਥਾ ਟੇਕਿਆ ਮੋਢਿਆਂ ਤੋਂ ਫੜ ਕੇ ਘੁੱਟ ਕੇ ਗੱਲ ਨਾਲ ਲਾ ਲਿਆ ਸੱਚੇ ਪਾਤਸ਼ਾਹ ਜਹਾਂਗੀਰ ਬਾਦਸ਼ਾਹ ਵੀ ਓਹਲੇ ਹੋ ਕੇ ਵੇਖਦਾ ਹੈ ਵੇਖਾਂ ਤੇ ਸਹੀ ਕਿੰਨਾ ਕੁ ਪਿਆਰ ਕਰਦੇ ਨੇ ਓਹਲੇ ਹੋ ਕੇ ਉਹ ਵੀ ਵੇਖਦਾ ਹੈ
ਕਹਿੰਦੇ ਨੇ ਮਹਾਰਾਜ ਲੰਗਰੀ ਨੂੰ ਬੁਲਾਉਂਦੇ ਨੇ ਭਾਈ ਲਿਆ ਪ੍ਰਸ਼ਾਦਾ ਪ੍ਰਸ਼ਾਦਾ ਲਿਆ ਸੇਵਾਦਾਰ ਕਹਿੰਦਾ ਮਹਾਰਾਜ ਸਵੇਰ ਦਾ ਦੋ ਵਾਰੀ ਪ੍ਰਸ਼ਾਦਾ ਲੰਗਰੀ ਲੈ ਕੇ ਆਇਆ ਸੀ ਦੋ ਵਾਰੀ ਮਹਾਰਾਜ ਜੀ ਪ੍ਰਸ਼ਾਦਾ ਛਕ ਲਓ ਮਹਾਰਾਜ ਕਹਿੰਦੇ ਨਹੀਂ ਦੁਪਹਿਰ ਹੋ ਗਈ ਸੀ ਮਹਾਰਾਜ ਪ੍ਰਸ਼ਾਦਾ ਛਕ ਲਓ ਕਹਿੰਦੇ ਨਹੀਂ ਭੁੱਖ ਨਹੀਂ ਜਦੋਂ ਤੀਜੀ ਵਾਰੀ ਪ੍ਰਸ਼ਾਦਾ ਹੁਣ ਲਿਆ ਮਹਾਰਾਜ ਲਿਆ ਵਾ ਕਹਿੰਦੇ ਲਿਆ ਮਹਾਰਾਜ ਤੁਸੀਂ ਪ੍ਰਸ਼ਾਦਾ ਹੁਣ ਤੱਕ ਛਕਿਆ ਨੀ ਕਾਹੀ ਸਿੱਖ ਪੁੱਛਦਾ ਤੁਸੀਂ ਛਕਿਆ ਨਹੀਂ ਕਹਿੰਦੇ ਸਿੱਖਾ ਤੂੰ ਛਕਿਆ ਤੂੰ ਵੀ ਤੇ ਨਹੀਂ ਨਾ ਛਕਿਆ ਆ ਇੱਕ ਟਕਾ ਆ ਇੱਕ ਟਕਾ ਮੈਨੂੰ ਮੱਥਾ ਟੇਕਣ ਵਾਸਤੇ ਲੈ ਕੇ ਆਇਆ ਹੈ ਪ੍ਰਸ਼ਾਦਾ ਅੱਗੇ ਲਿਆ ਕੇ ਰੱਖਿਆ ਸੀ ਤੇ ਮੋੜ ਦਿੱਤਾ ਸੀ ਪ੍ਰਸ਼ਾਦੇ ਬਿਨਾ ਸਰ ਜਾਏਗਾ ਦਰਸ਼ਨ ਥੋੜਾ ਰੋਜ਼ ਹੋ ਜਾਣਗੇ ਓਏ ਜੇ ਤੂੰ ਭੁੱਖਾ ਬੈਠਾ ਹੈ ਤੇ ਮੈਂ ਤੇਰੇ ਬਿਨਾ ਕਿਵੇਂ ਛਕ ਲੈਂਦਾ ਗੁਰਮੁਖੋ ਇਹ ਹੈ ਪ੍ਰੇਮ ਇਹ ਸਾਡਾ ਇਤਿਹਾਸ ਹੈ ਮਿਥਿਹਾਸ ਨਹੀਂ ਇਹ ਬਣਾਈਆਂ ਹੋਈਆਂ ਗੱਲਾਂ ਨਹੀਂ ਇਹ ਪਿਆਰ ਹੈ ਗੁਰੂ ਸਾਹਿਬ ਦੇ ਮਨ ਚ ਆ ਚੇਚਕ ਦੀ ਬਿਮਾਰੀ ਦਿੱਲੀ ਚ ਫੈਲੀ ਸੀ ਗੁਰੂ ਹਰਿਕ੍ਰਿਸ਼ਨ ਬਾਲਾ ਪ੍ਰੀਤਮ ਸਤਿਗੁਰੂ ਮੈਂ ਕਹਿੰਦਾ ਦੇਣ ਨਹੀਂ ਦੇ ਸਕਦੇ ਅਸੀਂ ਗੁਰੂ ਸਾਹਿਬ ਸਾਡੇ ਵੱਡੇ ਵਡੇਰੇ ਆ ਵਸਿਆ ਹੀ ਦਿੱਲੀ ਮਹਾਰਾਜ ਕਰਕੇ ਹੈ ਚੇਚਕ ਦੀ ਬਿਮਾਰੀ ਫੈਲੀ ਸੀ ਮਰਦ ਨੇ ਆਖਿਆ ਸਾਰਿਆਂ ਨੂੰ ਘਰਾਂ ਚੋਂ ਬਾਹਰ ਕੱਢ ਲਓ ਅਸੀਂ ਗੇੜਾ ਲਾਵਾਂਗੇ ਦਿੱਲੀ ਵਿੱਚ ਜਿਹੜੇ ਵੀ ਚੇਚਕ ਦੇ ਰੋਗੀ ਨੇ ਲਿਆ ਉਹ ਸਾਹਮਣੇ ਕੱਲੇ ਕੱਲੇ ਦੇ ਸਿਰ ਤੇ ਹੱਥ ਰੱਖਦੇ ਗਏ ਚੇਚਕ ਦੀ ਬਿਮਾਰੀ ਠੀਕ ਹੁੰਦੀ ਗਈ ਚੇਚਕ ਦੀ ਬਿਮਾਰੀ ਦਿੱਲੀ ਦੀ ਤੇ ਦੂਰ ਕਰ ਦਿੱਤੀ ਆਪਣੇ ਸਰੀਰ ਤੇ ਲੈ ਲਈ ਇਹ ਹੈ ਪਰਉਪਕਾਰ ਮੈਂ ਕਹਿੰਦਾ ਬਾਲਾ ਪ੍ਰੀਤਮ ਸਤਿਗੁਰੂ ਕਿਤੇ ਚਲੇ ਗਏ ਨੇ ਕਿੱਡੇ ਮਾੜੇ ਭਾਗ ਨੇ ਉਸ ਦਿੱਲੀ ਚ ਰਹਿਣ ਵਾਲੇ ਬੰਦੇ ਦੇ ਸਿੱਖ ਹੋ ਕੇ ਜਿਹੜਾ ਹੋਰ ਪਾਸੇ ਧੱਕੇ ਖਾਂਦਾ ਫਿਰੇ ਹੋਰਾਂ ਤੋਂ ਸਿਰ ਤੇ ਹੱਥ ਰੱਖ ਕੇ ਜੋਤਾਂ ਲੱਭਦਾ ਫਿਰੇ ਉਹਦੇ ਮਾੜੇ ਕਰਮ ਨਹੀਂ ਤੇ ਹੋਰ ਕੀ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਦਰ ਛੱਡੇ ਗੁਰੂ ਤੇਗ ਬਹਾਦਰ ਸਾਹਿਬ ਸੀਸ ਖੰਜ ਨੂੰ ਛੱਡੇ ਫਿਰ ਵੀ ਫਿਰੇ ਭਟਕਦਾ ਏਦੂ ਮਾੜੇ ਕਰਮ ਹੋਰ ਨਹੀਂ ਕਿਸੇ ਦੇ ਹੋ ਸਕਦੇ ਗੁਰਮੁਖੋ ਏਡੇ ਵੱਡੇ ਥਾਂ ਏਡੇ ਵੱਡੇ ਦਰ ਨਹੀਂ ਲੱਭਣੇ ਨਹੀਂ ਲੱਭਣੇ ਬਸ ਇਹ ਬੜੀ ਉੱਚੀ ਥਾਂ ਹੈ ਬੜੀ ਪਵਿੱਤਰ ਧਰਤੀ ਹੈ ਐਵੇਂ ਦੁਨੀਆ ਨਹੀਂ ਝੁਕਦੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਕੁਰਬਾਨ ਕੀਤਾ ਹੈ ਦਿੱਲੀ ਵਾਲਿਓ ਭਾਗਾਂ ਵਾਲਿਓ ਕਿਉਂ ਦਰ ਦਰ ਤੇ ਫਿਰਦੇ ਹੋ ਕਿਉਂ ਫਿਰਦੇ ਹੋ ਲੱਭਦੇ ਥਾਂ ਥਾਂ ਤੇ ਐਡਾ ਵੱਡਾ ਦਰ ਕਿਉਂ ਛੱਡੀਏ ਜਿੱਥੇ ਸਾਰੀਆਂ ਹੀ ਬਖਸ਼ਿਸ਼ਾਂ ਜਿੱਥੋਂ ਮਿਲਦੀਆਂ ਨੇ ਐਡਾ ਵੱਡਾ ਦਾਤਾ ਉਹਨੂੰ ਮਨੋ ਕਿਉਂ ਵਸਾਰਨਾ 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 ਐਡਾ ਵੱਡਾ ਪੜਨ ਨਾਲ ਗੱਲ ਨਹੀਂ ਬਣਨੀ ਕੱਲੀ ਪ੍ਰਣ ਕਰੋ ਅਸੀਂ ਧਾਗਿਆਂ ਤਵੀਤਾਂ ਵਾਲਿਆਂ ਕੋਲ ਨਹੀਂ ਜਾਣਾ ਪ੍ਰਣ ਕਰੋ ਦੁੱਖ ਸੁੱਖ ਆਏਗਾ ਬਾਲਾ ਪ੍ਰੀਤਮ ਦੇ ਚਰਨਾਂ ਚ ਮੱਥਾ ਟੇਕਾਂਗੇ ਜਾ ਕੇ ਕੱਲਾ ਪੜਨ ਨਾਲ ਗੱਲ ਨਹੀਂ ਬਣਨੀ ਇਹ ਪ੍ਰਣ ਕਰੋ ਲੱਖ ਕਵੇ ਕੋਈ ਫਲਾਣੇ ਥਾਂ ਤੇ ਆਇਆ ਚੱਲ ਤੈਨੂੰ ਲੈ ਕੇ ਚੱਲੀਏ ਨਹੀਂ ਜਾਂਗੇ ਪ੍ਰਣ ਕਰੋ ਫਿਰ ਗੱਲ ਬਣੇਗੀ ਕੱਲਾ ਪੜਨ ਨਾਲ ਨਹੀਂ ਅੰਦਰੋਂ ਮਨੋ ਕਿਉਂ ਵਸਾਰਦੇ ਮਨੋ ਕਿਉਂ ਓਏ ਮਨੋ ਕਿਉਂ ਵਸਾਰਦੇ 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 Thank you.
ਐਡਾ ਵੱਡਾ ਦਰ ਉਹਾਂ ਤਾਂ ਜਾਈਏ ਜੇ ਇਹਾਂ ਨਾ ਹੋਏ ਕਿਉਂ ਦਰ ਦਰ ਤੇ ਫਿਰੀਏ ਆਪਣੇ ਸਤਿਗੁਰ ਤੇ ਟੇਕ ਰੱਖੋ ਕਹਿ ਦਿੰਦੇ ਆ ਤਿਸ ਸਾਹਿਬ ਕੀ ਟੇਕ ਨਾਨਕ ਮਨੇ ਮਾਹੇ ਪਰ ਟੇਕ ਸਾਡੀ ਵੱਜਦੀ ਨਹੀਂ ਇੱਕ ਥਾਂ ਤੇ ਅੱਜ ਕਿਤੇ ਕੱਲ ਕਿਤੇ ਪਰਸੋਂ ਕਿਤੇ ਜਿੱਥੇ ਕੋਈ ਕਹਿੰਦਾ ਤੁਰ ਪਓ ਬਿਜ਼ਨਸ ਨਹੀਂ ਚੱਲਦਾ ਕੰਮ ਨਹੀਂ ਚੱਲਦਾ ਸਤਿਗੁਰ ਤੋਂ ਵੱਡਾ ਕੋਈ ਦੁਆਰਾ ਨਹੀਂ ਬਸ ਇਹ ਗੱਲ ਪੱਲੇ ਬੰਨੋ ਸ਼ਰਧਾ ਬਣਾਓ ਬਸ ਕਮੀ ਨਹੀਂ ਕਿਸੇ ਗੱਲ ਦੀ ਮਰਜ਼ ਕਹਿੰਦੇ ਨੇ ਤੂੰ ਛਕਿਆ ਪ੍ਰਸ਼ਾਦਾ ਉਹ ਜੇ ਤੂੰ ਨਹੀਂ ਛਕਿਆ ਤੇ ਮੈਂ ਕਿਵੇਂ ਛਕ ਲੈਂਦਾ ਰੋਣ ਲੱਗ ਪਿਆ ਉੱਚੀ ਉੱਚੀ ਸੱਚੇ ਪਾਤਸ਼ਾਹ ਇੱਡੀ ਗਰੀਬ ਨਵਾਜੀ ਬੜੇ ਵੇਖੇ ਪੀਰ ਫਕੀਰ ਬੜੇ ਤੱਕੇ ਨੇ ਸੱਚੇ ਪਾਤਸ਼ਾਹ ਸਾਧੂ ਬੜੇ ਵੇਖੇ ਨੇ ਮਿਲਿਆ ਨਹੀਂ ਤੇਰੇ ਵਰਗਾ ਸਾਧੂ ਬੜੇ ਵੇਖੇ ਸਤਿਗੁਰਾਂ ਨੇ ਬਹਿ ਗਏ ਕੋਲ ਕਹਿੰਦੇ ਛਕ ਪ੍ਰਸ਼ਾਦਾ ਨਹੀਂ ਮਾਰਾ ਪਹਿਲਾਂ ਤੁਸੀਂ ਛਕੋ ਸਤਿਗੁਰਾਂ ਨੇ ਥੋੜਾ ਜਿਹਾ ਛਕ ਕੇ ਭੋਗ ਲਾ ਕੇ ਥਾਲਾ ਅੱਗੇ ਕਰ ਦਿੱਤਾ ਕਹਿੰਦੇ ਮੇਰੇ ਸਾਹਮਣੇ ਬਹਿ ਕੇ ਛਕ ਕਹਿੰਦੇ ਨੇ ਗੁਰੂ ਸਾਹਿਬ ਜੀ ਨੇ ਨਾ ਪ੍ਰਸ਼ਾਦਾ ਜਦੋਂ ਛਕਦਾ ਗਰੀਬ ਘਾਹੀ ਸਿੱਖ ਇੱਕ ਛਕ ਲਿਆ ਦੂਜਾ ਪ੍ਰਸ਼ਾਦਾ ਆਪ ਲਿਆ ਕੇ ਲੰਗਰ ਵਿੱਚੋਂ ਉਹਦੀ ਥਾਲੀ ਚ ਰੱਖਿਆ ਕਹਿੰਦੇ ਹੱਥੀਂ ਪ੍ਰਸ਼ਾਦਾ ਛਕਾਇਆ ਕਿੱਥੋਂ ਮਿਲੇਗਾ ਇਹੋ ਜਿਹਾ ਪਿਆਰ ਵਾਲਾ ਮੈਂ ਅਰਜ਼ ਕਰ ਚੁੱਕਿਆ ਗਰੀਬੀ ਅਮੀਰੀ ਨਹੀਂ ਵੇਖਣੀ ਉਹਨੇ ਪ੍ਰੇਮ ਵੇਖਣਾ ਕਈ ਕਹਿੰਦੇ ਨੇ ਸਾਡੇ ਕੋਲ ਵੀ ਹੁੰਦਾ ਅਸੀਂ ਵੀ ਕੁਛ ਦਾਨ ਕਰਦੇ ਸਾਡੇ ਕੋਲ ਵੀ ਹੁੰਦਾ ਅਸੀਂ ਵੀ ਆਹ ਕਰ ਲੈਂਦੇ ਨਹੀਂ ਭਾਈ ਤੂੰ ਪ੍ਰੇਮ ਪੈਦਾ ਕਰ ਲੈ ਬਸ ਗੋਬਿੰਦ ਭਾਓ ਭਗਤ ਦਾ ਭੁੱਖਾ ਉਹ ਪਿਆਰ ਦਾ ਭੁੱਖਾ ਕਿਸੇ ਯੁੱਗ ਵਿੱਚ ਵੀ ਭਾਵੇਂ ਉਹ ਆਏ ਨੇ ਭਾਵੇਂ ਰਾਮ ਬਣ ਕੇ ਕ੍ਰਿਸ਼ਨ ਬਣ ਕੇ ਕਲਯੁੱਗ ਵਿੱਚ ਗੁਰੂ ਨਾਨਕ ਸਾਹਿਬ ਅਵਤਾਰ ਆਏ ਕਲਗੀ ਧਰ ਤੱਕ ਅੱਜ ਵੀ ਗੁਰੂ ਗ੍ਰੰਥ ਸਾਹਿਬ ਗਰੀਬਾਂ ਨੂੰ ਨਵਾਜਣ ਵਾਲੇ ਨੇ ਆਹ ਵੇਖੋ ਸਾਡੇ 'ਚ ਬੈਠੇ ਨੇ ਆ ਕੇ ਕਿੱਥੇ ਸੋਨੇ ਦੇ ਮਹਿਲ ਵਿੱਚ ਵੀ ਤੇ ਇਹੀ ਰਹਿੰਦੇ ਨੇ ਹਰਿਮੰਦਰ ਸਾਹਿਬ ਹੋਰ ਨੇ ਕੋਈ ਉੱਥੇ ਵੀ ਇਹੀ ਰਹਿੰਦੇ ਨੇ ਕਿੱਥੋਂ ਲੱਭਾਂਗੇ ਗੁਰੂ ਗ੍ਰੰਥ ਸਾਹਿਬ ਵਰਗਾ ਗਰੀਬ ਨਵਾਜ ਵੇਖੋ ਸਾਡੇ ਵਿੱਚ ਬਹਿ ਕੇ ਦਰਸ਼ਨ ਬਖਸ਼ ਰਹੇ ਨੇ ਲੱਖਾਂ ਦੁਨੀਆਂ ਕਰੋੜਾਂ ਚੁੱਕਦੀ ਹੈ ਆਓ ਪਿਆਰਿਓ ਗੁਰੂ ਸਾਹਿਬ ਦੇ ਬਣੋ ਜਿਨ੍ਹਾਂ ਦਾ ਮਨ ਮੰਨੇ ਨਾ ਜ਼ਰੂਰ ਅੰਮ੍ਰਿਤ ਛਕਣ ਵਾਸਤੇ ਨਾਂ ਲਿਖਾ ਦੇਣਾ ਤਿਆਰੀ ਕਰੋ ਅੰਮ੍ਰਿਤ ਸੰਚਾਰ ਭਾਵੇਂ ਦਿੱਲੀ 'ਚ ਪਹਿਲਾਂ ਵੀ ਬੜੀ ਵਾਰੀ ਹੋਏ ਨੇ ਅਤੇ ਹੁਣ ਆਪਾਂ ਆਨੰਦ ਸਾਹਿਬ 'ਚ ਬੋਲਣਾ ਹੈ ਫਿਰ ਅਰਦਾਸ 'ਚ ਜੁੜਨਾ ਹੈ ਫਿਰ ਹੁਕਮਨਾਮੇ ਸੁਣਾਂਗੇ ਫਿਰ ਮਹਾਰਾਜ ਜੀ ਜਾਣਗੇ ਫਿਰ ਆਪਾਂ ਚੱਲਾਂਗੇ ਬਿਲਕੁਲ ਕਾਹਲ ਨਹੀਂ ਕਰਨੀ ਇੰਨਾ ਚਿਰ ਬਹਿ ਜਾਂਦੇ ਹਾਂ ਫਿਰ ਕਾਹਲੀ ਪੈ ਜਾਂਦੀ ਵੀ ਚੱਲੀਏ ਛੇਤੀ ਕੰਮ ਨਹੀਂ ਮੁੱਕਣੇ ਘਰ ਕਿਧਰੇ ਨਹੀਂ ਭੱਜ ਚੱਲੇ ਇਸੇ ਸਤਿਗੁਰੂ ਦੇ ਦਿੱਤੇ ਹੋਏ ਨੇ ਸਾਰਾ ਕੁਝ ਇਸੇ ਦਾ ਹੀ ਹੈ ਆਓ ਪਿਆਰ ਵਿੱਚ ਆਨੰਦ ਸਾਹਿਬ 'ਚ ਬੋਲੋ ਫਿਰ ਅਰਦਾਸ 'ਚ ਜੁੜੋ ਹੁਕਮਨਾਮੇ ਸੁਣ ਕੇ ਫਿਰ ਸਭ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ ਪ੍ਰਬੰਧਕਾਂ ਪਾਸ
ਜਿਨ੍ਹਾਂ ਦਾ ਮਨ ਮੰਨੇ ਉਹ ਅੰਮ੍ਰਿਤ ਛਕਣ ਵਾਸਤੇ ਜ਼ਰੂਰ ਆਪਣੇ ਨਾਮ ਦਰਜ ਕਰਾ ਦੇਣ। ਵੱਧ ਤੋਂ ਵੱਧ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲ ਬਣਾਓ। ਇਸੇ ਵਾਸਤੇ ਹੀ ਇਹ ਸਮਾਗਮ ਸਾਰਾ ਰੱਖਿਆ ਗਿਆ। ਕੱਲ੍ਹ ਤੇ ਪਰਸੋਂ ਦੋਵੇਂ ਦਿਨ ਤੇ ਤਿੰਨ ਦਿਨ ਅਜੇ ਬਾਕੀ ਰਹਿੰਦੇ ਨੇ। ਅੱਜ ਦੂਸਰੇ ਦੀਵਾਨ ਦੀ ਸਮਾਪਤੀ ਹੋ ਰਹੀ ਹੈ। ਬਸ ਪਤਾ ਹੀ ਨਹੀਂ ਲੱਗਣਾ ਕਦੋਂ ਸਮਾਂ ਲੰਘ ਜਾਣਾ। ਅੱਜ ਦੂਜਾ ਲੰਘ ਗਿਆ, ਕੱਲ੍ਹ ਤੀਜਾ, ਪਰਸੋਂ ਚੌਥਾ, ਪੰਜ ਦਿਨ ਇੱਦਾਂ ਹੀ ਲੰਘ ਜਾਣੇ ਨੇ। ਤੁਹਾਡੇ ਪਿਆਰ ਵਿੱਚ ਬੜੇ ਪਿਆਰ ਨਾਲ ਬੈਠ ਕੇ ਸੁਣਦੇ ਹੋ। ਦੋ ਘੰਟੇ ਲੰਘਣ ਦਾ ਪਤਾ ਹੀ ਨਹੀਂ ਲੱਗਿਆ, ਬਸ ਉਦੋਂ ਹੀ ਜਦੋਂ 10:30 ਵਜ ਗਏ। ਆਓ ਪਿਆਰ ਵਿੱਚ ਸਾਰੇ ਆਨੰਦ ਸਾਹਿਬ ਜੀ ਬੋਲੋ।